प्रोफेसर भुल्लर जड़ा है उदे मामले में लोगों जो ये दसिया जाता सी भी एक भी गवाह नहीं एक भी सबूत नहीं बगैर किसी गल तो उन्होंने फांसी का हुक्म सुना दिता। दूजी गल ये कि जोड़ा जज वा वह भी मानता कि यह नजायज हो रही। प्रोफेसर भुल्लर का ज बाकी सिंह का सारा मसला जोड़ा इन्ने लंबे अरसे तो यह लमक रहा सी ਇਹਦੇ ਵਿੱਚ ਸਿੱਖ ਜਥੇਬੰਦੀਆਂ ਗਾਹੇ ਵਗਾਹੇ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਜਿਹੜਾ ਕਿ ਨਜ਼ਰਬੰਦ ਸਿੰਘਾਂ ਦੀ ਰਿਹਾਈ ਲਈ ਗੱਲ ਕਰਦੀਆਂ ਰਹੀਆਂ। ਕੇਜਰੀਵਾਲ ਨੇ ਅਤੇ ਉਹਦੀ ਸੈਨਾ ਨੇ ਸਿੱਖਾਂ ਨੂੰ ਝੂਠੇ ਦੱਸਣ ਲਈ ਸਿੱਖਾਂ ਨੂੰ ਬਹੁਤ ਜ਼ਿਆਦਾ ਮਾੜਾ ਚੰਗਾ ਬੋਲਿਆ ਬਈ ਜੀ ਇਹ ਐਵੇਂ ਕਹੀ ਜਾਂਦੇ ਆ ਕੇਜਰੀਵਾਲ ਦਾ ਤਾਂ ਕੋਈ ਰੋਲ ਹੀ ਨਹੀਂ ਸਾਰੀ ਗੱਲ 'ਚ। ਲੋਕਾਂ ਨੇ ਉਹ ਚਿੱਠੀਆਂ ਕੱਢ ਕੇ ਮੂਹਰੇ ਟਕਾਤੀਆਂ ਵੀ ਆਹ ਜਦੋਂ ਰੱਦ ਕੀਤਾ ਉਹਦੇ ਉੱਤੇ ਕੇਜਰੀਵਾਲ ਦੇ ਸੈਨ ਹੋਏ ਨੇ। ਕੇਜਰੀਵਾਲ ਦਿੱਲੀ ਦਾ ਮੁੱਖ ਮੰਤਰੀ ਆ, ਇਹਨੇ ਪਹਿਲਾਂ ਵੀ ਇਸ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਉੱਤੇ ਗਲਤ ਰਿਪੋਰਟਾਂ ਦਿੱਤੀਆਂ ਨੇ। ਜਿਵੇਂ ਦਾ ਰਵੱਈਆ ਆਮ ਆਦਮੀ ਪਾਰਟੀ ਨੇ ਪ੍ਰੋਫੈਸਰ ਭੁੱਲਰ ਦੇ ਮਸਲੇ 'ਤੇ ਅਪਣਾਇਆ, ਇੱਕ ਤਾਂ ਇਹ ਕਿ ਵੱਡੇ ਲੀਡਰ ਬੋਲੋ ਹੀ ਨਾ ਭਗਵੰਤ ਮਾਨ ਬੋਲੋ ਨਾ ਕੇਜਰੀਵਾਲ ਬੋਲੋ ਨਾ ਕੋਈ ਹੋਰ। ਦੂਜਾ ਇਹ ਕਿ ਸਿੱਖਾਂ ਨੂੰ ਰੱਜ ਕੇ ਗਾਲਾਂ ਕੱਢੋ ਭੰਡੋ ਨਿੰਦੋ ਜਿੰਨਾ ਜ਼ਿਆਦਾ ਇਹਨਾਂ ਨੂੰ ਦੱਬਿਆ ਜਾ ਸਕਦਾ ਸਿੱਖਾਂ ਦੀ ਆਵਾਜ਼ ਜਿਹੜਾ ਵੀ ਬੋਲਦਾ ਉਹਦੇ ਦੁਆਲੇ ਹੋ ਜਾਓ। ਔਰ ਬਹੁਤ ਰੱਜ ਕੇ ਉਦੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਨਾਂ ਲੈ ਕੇ ਨੀਚ ਦਰਜੇ ਦੀਆਂ ਗੱਲਾਂ ਜਿਹੜੀਆਂ ਨੇ ਅੱਜ ਵੀ ਉਹ ਸੋਸ਼ਲ ਮੀਡੀਆ 'ਤੇ ਮੌਜੂਦ ਨੇ ਉਹ ਕੀਤੀਆਂ ਗਈਆਂ। ਕੁੱਲ ਮਿਲਾ ਕੇ ਮਸਲਾ ਇਹ ਸੀਗਾ ਇਹ ਤਾਂ ਜੀ ਤੁਸੀਂ ਤਾਰ ਛੇੜਦੇ ਹੋ ਗੱਲ ਹੁਣ ਕਿਉਂਕਿ ਤੁਸੀਂ ਆਮ ਆਦਮੀ ਪਾਰਟੀ ਦੀ ਵੋਟ ਖਰਾਬ ਕਰਨੀ ਚਾਹੁੰਦੇ ਹੋ, ਤੁਸੀਂ ਬਾਦਲ ਦਲ ਦੇ ਬੰਦੇ। ਜੇਕਰ ਬਰਗਾੜੀ ਬੇਅਦਬੀ ਕਾਂਡ ਦਾ ਇਨਸਾਫ ਲੈਣ ਲਈ ਸੰਗਤਾਂ ਬੈਠਣ ਤਾਂ ਬਾਦਲ ਦਲ ਵਾਲੇ ਕਹਿ ਦਿੰਦੇ ਆ, ਸਰਟੀਫਿਕੇਟ ਜਾਰੀ ਕਰ ਦਿੰਦੇ ਆ ਵੀ ਇਹ ਤਾਂ ਕਾਂਗਰਸ ਨੇ ਬਿਠਾਏ ਆ ਜੀ, ਕਾਂਗਰਸ ਨੇ ਮੋਰਚਾ ਲਵਾਇਆ, ਜਿਹੜੇ ਇੱਥੇ ਸਿੱਖ ਜਾਂਦੇ ਆ ਕਾਂਗਰਸੀ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵੇਲੇ ਪੰਥ ਦਰਦੀਆਂ ਦੇ ਅੰਦਰ ਇਹੀ ਚਰਚਾ ਚੱਲ ਰਹੀ ਆ ਕਿ ਪੰਜਾਬ ਵਿਧਾਨ ਸਭਾ ਦੀਆਂ ਵੋਟਾਂ 'ਚ ਕੌਣ ਜਿੱਤਦਾ ਕੌਣ ਹਾਰਦਾ, ਇਹ ਕੋਈ ਬਹੁਤੀ ਅਹਿਮੀਅਤ ਵਾਲੀ ਗੱਲ ਨਹੀਂ ਕਿਉਂਕਿ ਸਿੱਖਾਂ ਨਾਲ ਜੋ ਕੁਝ ਪਹਿਲਾਂ ਹੁੰਦਾ ਰਿਹਾ ਉਹੀ ਕੁਛ ਹੋਣਾ ਹੈ, ਸਟੇਟ ਪੋਲਿਸੀ ਉਹੀ ਰਹਿਣੀ ਆ। ਪਰ ਇਸ ਵੋਟਾਂ ਦੇ ਮਾਹੌਲ ਵਿੱਚ ਜੇ ਆਪਾਂ ਕੁਝ ਆਪਦਾ ਕੌਮ ਦਾ ਭਲਾ ਕਰ ਸਕੀਏ ਉਹੀ ਆਪਣੇ ਲਈ ਬੜੀ ਵੱਡੀ ਗੱਲ ਹੋਊ, ਖਾਸ ਤੌਰ ਦੇ ਉੱਤੇ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦਾ ਅਤੇ ਉਹਨਾਂ ਵਿੱਚੋਂ ਵੀ ਜਿਹੜਾ ਜਿਨ੍ਹਾਂ ਨੂੰ 550 ਸਾਲਾਂ ਗੁਰੂ ਨਾਨਕ ਪਾਤਸ਼ਾਹ ਦਾ ਜਦੋਂ ਮਨਾਇਆ ਗਿਆ ਜਿਨ੍ਹਾਂ ਦੀਆਂ ਰਿਹਾਈਆਂ ਦੇ ਕੇਂਦਰ ਸਰਕਾਰ ਨੇ ਉਦੋਂ ਨੋਟੀਫਿਕੇਸ਼ਨ ਕੀਤੇ ਆ, ਆਰਡਰ ਕੀਤਾ ਵੀ ਉਹਨਾਂ ਦਾ ਜੇ ਆਪਾਂ ਰਿਹਾਈਆਂ ਕਰਾ ਸਕੀਏ ਇਹੀ ਆਪਣਾ ਬੜੀ ਵੱਡੀ ਗੱਲ ਹੋ। ਸੋ ਇਸ ਗੱਲ ਨੂੰ ਮੁੱਖ ਰੱਖ ਕੇ ਬੜਾ ਇਸ ਮੌਕੇ ਮਾਹੌਲ ਜਿਹੜਾ ਪੰਥਕ ਸਫਾਂ ਦੇ ਵਿੱਚ ਆ ਉਹ ਗਰਮਾ ਗਰਮ ਹੋਇਆ ਹੋਇਆ। ਥੋੜੇ ਦਿਨ ਪਹਿਲਾਂ ਆਪਾਂ ਇਹ ਮਾਹੌਲ ਦੇਖਿਆ ਕਿ ਕੇਜਰੀਵਾਲ ਨੇ ਅਤੇ ਉਹਦੀ ਸੈਨਾ ਨੇ ਸਿੱਖਾਂ ਨੂੰ ਝੂਠੇ ਦੱਸਣ ਲਈ ਸਿੱਖਾਂ ਨੂੰ ਬਹੁਤ ਜ਼ਿਆਦਾ ਮਾੜਾ ਚੰਗਾ ਬੋਲਿਆ ਬਈ ਜੀ ਇਹ ਐਵੇਂ ਕਹੀ ਜਾਂਦੇ ਆ, ਕੇਜਰੀਵਾਲ ਦਾ ਤਾਂ ਕੋਈ ਰੋਲ ਹੀ ਨਹੀਂ ਸਾਰੀ ਗੱਲ 'ਚ। ਪਰ ਅਖੀਰ ਉਹ ਗੱਲ ਸਾਰੀ ਜਿਹੜੀ ਆ ਉਹ ਕੇਜਰੀਵਾਲ ਦੀ ਝੂਠੀ ਸਿੱਧ ਹੋਈ। ਲੋਕਾਂ ਨੇ ਉਹ ਚਿੱਠੀਆਂ ਕੱਢ ਕੇ ਮੂਹਰੇ ਟਕਾਤੀਆਂ ਵੀ ਆਹ ਜਦੋਂ ਰੱਦ ਕੀਤਾ ਉਹਦੇ ਉੱਤੇ ਕੇਜਰੀਵਾਲ ਦੇ ਸੈਨ ਹੋਏ ਨੇ। ਕੇਜਰੀਵਾਲ ਦਿੱਲੀ ਦਾ ਮੁੱਖ ਮੰਤਰੀ ਆ, ਇਹਨੇ ਪਹਿਲਾਂ ਵੀ ਇਸ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਉੱਤੇ ਗਲਤ ਰਿਪੋਰਟਾਂ ਦਿੱਤੀਆਂ ਨੇ। ਜੇ ਇਹ ਗਲਤ ਰਿਪੋਰਟਾਂ ਦੇ ਸਕਦਾ ਇਹਦਾ ਮਤਲਬ ਸਹੀ ਰਿਪੋਰਟ ਵੀ ਦੇ ਸਕਦਾ, ਇਹਦਾ ਮਤਲਬ ਇਹਦੀ ਜਦੋਂ ਕੇਜਰੀਵਾਲ ਸਰਕਾਰ ਦੀ ਚਿੱਠੀ ਜਿਹੜੀ ਆ ਉਹ LG ਕੋਲ ਜਾਊਗੀ ਫਿਰ ਰਿਹਾਈਆਂ ਹੋਣਗੀ। ਤੇ ਪਹਿਲਾਂ ਤਾਂ ਬੋਲਦੇ ਹੀ ਨਹੀਂ ਸੀ ਜਿਵੇਂ ਡਿਕਟੇਟਰ ਹੁੰਦਾ ਕੋਈ ਵੀ ਮੈਂ ਕੱਲ੍ਹ ਆਉਣੀ ਮੈਂ ਕਿਸੇ ਚੱਕਰ 'ਚ ਪੈਣਾ ਹੀ ਨਹੀਂ, ਜੋ ਮਰਜ਼ੀ ਕਰੀ ਜਾਣ ਸਿੱਖ, ਪਹਿਲਾਂ ਤਾਂ ਇਹੋ ਜਿਹਾ ਮਾਹੌਲ ਸੀ। ਪਰ ਅਸ਼ਕੇ ਜਾਈਏ ਸਿੱਖ ਜਵਾਨੀ ਦੇ ਜਿਹਦੇ ਬਾਰੇ ਬੜਾ ਨਾਂਹਵਾਚਕ ਪ੍ਰਚਾਰ ਵੀ ਕੀਤਾ ਜਾਂਦਾ ਕਿ ਜੀ ਖਤਮ ਹੋ ਗਈ ਗੱਲ ਜੀ, ਕੋਈ ਮਸਲਾ ਕਹਿਣ ਸੁਣਨ ਵਾਲੀ ਗੱਲ ਹੀ ਨਹੀਂ। ਪਰ ਪੰਥ ਦਰਦੀ ਨੌਜਵਾਨਾਂ ਨੇ, ਕੌਮ ਦੇ ਸੂਰਬੀਰਾਂ ਨੇ ਇਸ ਮਸਲੇ ਉੱਤੇ ਬਹੁਤ ਤੇਜ਼ੀ ਨਾਲ
ਸਰਗਰਮੀ ਕੀਤੀ। ਮੈਂ ਤਾਂ ਇਹ ਕਹਿੰਦਾ ਕਿ ਜਿਹੜਾ ਆਪਾਂ ਕਹਿੰਦੇ ਹੁੰਦੇ ਆ ਨਾ, ਜਵੈ ਬਾਣ ਲਾਗਿਓ ਤਵੈ ਰੋਸ ਜਾਗਿਓ, ਜਿਵੇਂ ਦਾ ਰਵੱਈਆ ਆਮ ਆਦਮੀ ਪਾਰਟੀ ਨੇ ਪ੍ਰੋਫੈਸਰ ਭੁੱਲਰ ਦੇ ਮਸਲੇ ਤੇ ਅਪਣਾਇਆ, ਇੱਕ ਤਾਂ ਇਹ ਕਿ ਵੱਡੇ ਲੀਡਰ ਬੋਲੋ ਹੀ ਨਾ, ਨਾ ਭਗਵੰਤ ਮਾਨ ਬੋਲੋ, ਨਾ ਕੇਜਰੀਵਾਲ ਬੋਲੋ, ਨਾ ਕੋਈ ਹੋਰ ਬੋਲੋ। ਦੂਜਾ ਇਹ ਕਿ ਸਿੱਖਾਂ ਨੂੰ ਰੱਜ ਕੇ ਗਾਲਾਂ ਕੱਢੋ, ਭੰਡੋ, ਨਿੰਦੋ, ਜਿੰਨਾ ਜ਼ਿਆਦਾ ਇਹਨਾਂ ਨੂੰ ਦੱਬਿਆ ਜਾ ਸਕਦਾ ਸਿੱਖਾਂ ਦੀ ਆਵਾਜ਼, ਜਿਹੜਾ ਵੀ ਬੋਲਦਾ ਉਹਦੇ ਦੁਆਲੇ ਹੋ ਜਾਓ। ਔਰ ਬਹੁਤ ਰੱਜ ਕੇ ਉਦੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਨਾਂ ਲੈ ਕੇ ਨੀਚ ਦਰਜੇ ਦੀਆਂ ਗੱਲਾਂ ਜਿਹੜੀਆਂ ਨੇ, ਅੱਜ ਵੀ ਉਹ ਸੋਸ਼ਲ ਮੀਡੀਆ ਤੇ ਮੌਜੂਦ ਨੇ, ਉਹ ਕੀਤੀਆਂ ਗਈਆਂ। ਕੁੱਲ ਮਿਲਾ ਕੇ ਮਸਲਾ ਇਹ ਸੀਗਾ ਵੀ ਇਹ ਤਾਂ ਜੀ ਤੁਸੀਂ ਤਾਰ ਛੇੜਦੇ ਹੋ ਗੱਲ ਹੁਣ, ਕਿਉਂਕਿ ਤੁਸੀਂ ਆਮ ਆਦਮੀ ਪਾਰਟੀ ਦੀ ਵੋਟ ਖਰਾਬ ਕਰਨੀ ਚਾਹੁੰਦੇ ਹੋ, ਤੁਸੀਂ ਬਾਦਲ ਦਲ ਦੇ ਬੰਦੇ ਹੋ। ਹੱਦ ਹੋਈ ਪਈ ਆ, ਜੇਕਰ ਬਰਗਾੜੀ ਬੇਅਦਬੀ ਕਾਂਡ ਦਾ ਇਨਸਾਫ ਲੈਣ ਲਈ ਸੰਗਤਾਂ ਬੈਠਣ ਤਾਂ ਬਾਦਲ ਦਲ ਵਾਲੇ ਕਹਿ ਦਿੰਦੇ ਆ, ਸਰਟੀਫਿਕੇਟ ਜਾਰੀ ਕਰ ਦਿੰਦੇ ਆ ਵੀ ਇਹ ਤਾਂ ਕਾਂਗਰਸ ਨੇ ਬਿਠਾਏ ਆ ਜੀ, ਕਾਂਗਰਸ ਨੇ ਮੋਰਚਾ ਲਵਾਇਆ, ਜਿਹੜੇ ਇੱਥੇ ਸਿੱਖ ਜਾਂਦੇ ਆ ਕਾਂਗਰਸੀ ਆ। ਜੇ ਆਮ ਆਦਮੀ ਪਾਰਟੀ ਅੱਜ ਇਸ ਗੱਲ ਲਈ ਦੋਸ਼ੀਆਂ ਵਾਲੇ ਕਟਹਿਰੇ ਚ ਆ ਕਿ ਤੁਸੀਂ ਪ੍ਰੋਫੈਸਰ ਭੁੱਲਰ ਦੀ ਦੋ ਵਾਰ ਰਿਪੋਰਟ ਗਲਤ ਭੇਜ ਚੁੱਕੇ ਹੋ, ਹੁਣ ਸਹੀ ਤੁਸੀਂ ਭੇਜ ਨਹੀਂ ਰਹੇ, ਤਾਂ ਆਮ ਆਦਮੀ ਪਾਰਟੀ ਨੇ ਹਾਲ ਦਹਾਈ ਪਾਤੀ ਕਿ ਇਹ ਤਾਂ ਜੀ ਬਾਦਲ ਦਲ ਦੇ ਬੰਦੇ ਆ। ਹੋ ਸਕਦਾ ਹੈ ਕਿ ਬਾਦਲ ਦਲ ਦੇ ਨਾਲ ਸੰਬੰਧਿਤ ਕੁਛ ਬੰਦੇ ਵੀ ਹੋਣ ਜਿਨ੍ਹਾਂ ਨੂੰ ਇਸ ਗੱਲ ਦਾ ਸਿਆਸੀ ਲਾਹਾ ਵੀ ਲੈਣ ਦੀ ਝਾਕ ਹੋਵੇ, ਤੇ ਉਹ ਜਾਂ ਪੰਥ ਦੇ ਦਰਦ ਵਿੱਚੋਂ ਵੀ ਕੋਈ ਬੰਦਾ ਗੱਲ ਕਰ ਸਕਦਾ। ਜਿਹਨੇ ਜਿਹੜਾ ਬਿਆਨਤਾ ਬੁੱਚੜ ਆ ਉਹ ਠੋਕਿਆ, ਤਾਂ ਬੜੀ ਵੱਡੀ ਗਿਣਤੀ ਵਿੱਚ ਕਾਂਗਰਸ ਨਾਲ ਸੰਬੰਧਿਤ ਸਿੱਖਾਂ ਨੇ ਵੀ ਇਸ ਗੱਲ ਨੂੰ ਵਧੀਆ ਮੰਨਿਆ ਵਾ ਵੀ ਠੀਕ ਵਧੀਆ ਕੀਤਾ। ਇਵੇਂ ਕਈ ਪੁਲਿਸ ਚ ਨੇ ਜਿਨ੍ਹਾਂ ਨੇ ਉਹਨਾਂ ਬੁੱਚੜ ਤੇ ਜ਼ਾਲਮ ਪੁਲਿਸੀਆਂ ਦੇ ਉੱਤੇ ਅਟੈਕ ਕਰਨ ਕਰਾਉਣ ਦੇ ਵਿੱਚ ਵੀ ਸਹਾਇਤਾ ਕੀਤੀ ਆ, ਬੜੇ ਖਾੜਕੂ ਲਹਿਰ ਦੇ ਐਕਸ਼ਨ ਨੇ ਜਿਹੜੇ ਪੁਲਿਸੀਆਂ ਦੀ ਮਦਦ ਤੋਂ ਬਿਨਾਂ ਆਪਾਂ ਕਰ ਹੀ ਨਹੀਂ ਸੀ ਸਕਦੇ। ਇਵੇਂ ਉਹਨਾਂ ਚ ਵੀ ਪੰਥ ਦਾ ਦਰਦ ਸੀਗਾ, ਸਿੱਖੀ ਦਾ ਦਰਦ ਸੀਗਾ। ਸੋ ਕਾਂਗਰਸ ਵਾਲੇ ਸਿੱਖ ਜੇ ਬਿਆਨਤੇ ਬੁੱਚੜ ਨੂੰ ਜਾਂ ਜ਼ਾਲਮ ਪੁਲਿਸੀਆਂ ਨੂੰ ਠੋਕਣ ਉੱਤੇ ਪੁਲਿਸੀਏ ਕੁਛ ਕਹਿ ਸਕਦੇ ਆ ਕਿ ਠੀਕ ਆ, ਇਵੇਂ ਹੀ ਕੋਈ ਪੁਲਿਸ ਕੋਈ ਸਿੱਖ ਬਾਦਲ ਦਲ ਚ ਵੀ ਹੋ ਸਕਦਾ ਹੈ ਜਿਹੜਾ ਹਾਹ ਦਾ ਨਾਰਾ ਮਾਰੇ ਕਿ ਵਾਕਿਆ ਹੀ। ਔਰ ਇਹ ਗੱਲ ਆਪਾਂ ਚੇਤੇ ਰੱਖੋ ਕਿ ਅਕਾਲ ਤਖ਼ਤ ਸਾਹਿਬ ਤੋਂ ਡਾਇਰੈਕਸ਼ਨਾਂ ਹੋਈਆਂ ਕਿ ਪ੍ਰੋਫੈਸਰ ਭੁੱਲਰ ਦੀ ਰਿਹਾਈ ਲਈ ਸਿੱਖ ਸੰਸਥਾਵਾਂ, ਖਾਸ ਤੌਰ ਤੇ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਜਿਹੜੀ ਆ ਉਹਨਾਂ ਨੂੰ ਹਦਾਇਤ ਕੀਤੀ ਗਈ ਸੀ। ਗੂਗਲ ਤੇ ਸਰਚ ਮਾਰੋ ਜਦ ਹੀ ਉਹ ਖ਼ਬਰ ਲੱਭ ਜਾਂਦੀ। ਫਿਰ ਅਕਾਲ ਤਖ਼ਤ ਸਾਹਿਬ ਤੇ ਦੇ ਹੁਕਮਾਂ ਦੇ ਉੱਤੇ ਹੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇੱਕ ਬੜਾ ਵੱਡਾ ਪੰਥਕ ਇਕੱਠ ਵੀ ਹੋਇਆ ਸੀ ਪ੍ਰੋਫੈਸਰ ਭੁੱਲਰ ਦੀ ਫਾਂਸੀ ਦੇ ਖਿਲਾਫ਼। ਸਾਰੇ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਦਿੱਲੀ ਤੱਕ ਬਹੁਤ ਧਰਨੇ, ਰੋਸ ਮੁਜ਼ਾਹਰੇ, ਬੜਾ ਕੁਛ ਹੁੰਦਾ ਰਿਹਾ ਤੇ ਇਹਦੇ ਵਿੱਚ ਸਾਰੇ ਤਰ੍ਹਾਂ ਦੇ ਸਿੱਖ, ਕਿਉਂਕਿ ਪ੍ਰੋਫੈਸਰ ਭੁੱਲਰ ਜਿਹੜਾ ਹੈ ਉਹਦੇ ਮਾਮਲੇ ਵਿੱਚ ਲੋਕਾਂ ਨੂੰ ਜਦੋਂ ਇਹ ਦੱਸਿਆ ਜਾਂਦਾ ਸੀ ਵੀ ਇੱਕ ਵੀ ਗਵਾਹ ਨਹੀਂ, ਇੱਕ ਵੀ ਸਬੂਤ ਨਹੀਂ, ਬਗੈਰ ਕਿਸੇ ਗੱਲ ਤੋਂ ਉਹਨੂੰ ਫਾਂਸੀ ਦਾ ਹੁਕਮ ਸੁਣਾ ਦਿੱਤਾ। ਦੂਜੀ ਗੱਲ ਇਹ ਕਿ ਜਿਹੜਾ ਜੱਜ ਵਾ ਉਹ ਵੀ ਮੰਨਦਾ ਕਿ ਇਹ ਨਜਾਇਜ਼ ਹੋ ਰਹੀ, ਜਦੋਂ ਉਹ ਸੀਟ ਉੱਤੇ ਸੀ, ਡਿਊਟੀ ਤੇ ਸੀ, ਉੱਤੇ ਦਬਾਅ ਸੀ, ਪ੍ਰੈਸ਼ਰ ਸੀ, ਇੱਥੇ ਹਕੂਮਤੀ ਸਿਸਟਮ ਏਦਾਂ ਹੀ ਚੱਲਦਾ ਭਾਰਤ ਵਿੱਚ। ਪਰ ਜਦੋਂ ਉਹ ਰਿਟਾਇਰ ਹੋ ਗਿਆ ਤਾਂ ਜਿਹੜਾ ਦਾ ਹਿੰਦੂ ਅਖਬਾਰ ਛਪਦਾ, ਅਖਬਾਰ ਦਾ ਨਵਾਂ ਦਾ ਹਿੰਦੂ, ਉਹਦੇ ਵਿੱਚ ਉਸ ਜੱਜ ਨੇ ਇਹ ਗੱਲ ਕਹੀ ਕਿ ਪ੍ਰੋਫੈਸਰ ਭੁੱਲਰ ਵਾਲੇ ਮਾਮਲੇ ਵਿੱਚ ਜਿਹੜਾ ਫੈਸਲਾ ਉਹ ਫਾਂਸੀ ਦਾ ਬਣਦਾ ਨਹੀਂ। ਚਲੋ ਬਾਅਦ ਵਿੱਚ ਉਹ ਫਾਂਸੀ ਕਢਵਾਉਣ ਲਈ ਸੰਘਰਸ਼ ਕਾਮਯਾਬ ਰਿਹਾ, ਫਾਂਸੀ ਓਵਰ ਕੈਚ ਬਦਲ ਗਈ। ਤੇ ਜਦੋਂ ਪ੍ਰੋਫੈਸਰ ਭੁੱਲਰ ਦਾ ਜਾਂ ਬਾਕੀ ਸਿੰਘਾਂ ਦਾ ਸਾਰਾ ਮਸਲਾ ਜਿਹੜਾ ਇੰਨੇ ਲੰਮੇ ਅਰਸੇ ਤੋਂ ਇਹ ਲਮਕ ਰਿਹਾ ਸੀ, ਇਹਦੇ ਵਿੱਚ ਸਿੱਖ ਜਥੇਬੰਦੀਆਂ ਗਾਹੇ ਵਗਾਹੇ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਜਿਹੜਾ ਅੱਜ ਨਜ਼ਰਬੰਦ ਸਿੰਘਾਂ ਦੀ ਰਿਹਾਈ ਲਈ ਗੱਲ ਕਰਦੀਆਂ ਰਹੀਆਂ। ਪਰ ਅੱਜ ਇਹ ਜਿਹੜਾ ਮੁੱਦਾ, ਬੇਸ਼ੱਕ ਆਮ ਆਦਮੀ ਪਾਰਟੀ ਨੂੰ ਬਿਰਤਾ ਲੱਗਦਾ ਹੋਵੇ ਵੀ ਸਾਡੇ ਲਈ ਬਿਰਤਾ ਬਣ ਗਿਆ ਜੀ, ਸਾਡੀਆਂ ਤਾਂ ਵੋਟਾਂ ਖਰਾਬ ਹੋ ਜਾਣਗੀਆਂ, ਪਰ ਇਹਦਾ ਲਾਹਾ ਵੀ ਆਮ ਆਦਮੀ ਪਾਰਟੀ ਨੇ ਲਿਆ। ਟਾਈਮਸ ਆਫ ਇੰਡੀਆ ਅਖਬਾਰ ਦੇ ਉੱਤੇ ਆਈਪੀ ਸਿੰਘ ਦੀ ਇੱਕ ਸਟੋਰੀ ਪਰਸੋਂ ਛਪੀ ਹੈ, ਉਹਦੇ ਵਿੱਚ ਉਹਨੇ ਸਾਰੇ ਤੱਥ ਬੜੇ ਵਿਸਥਾਰ ਨਾਲ ਲਿਖੇ ਨੇ ਕਿ ਜਦੋਂ ਭਾਈ ਗੁਰਬਖਸ਼ ਸਿੰਘ ਖਾਲਸਾ 2013 ਚ ਭੁੱਖ ਹੜਤਾਲ ਤੇ ਬੈਠਿਆ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਚ, ਉਸ ਮੌਕੇ ਉੱਥੇ ਗੁਰਪ੍ਰੀਤ ਘੁੱਗੀ ਤੇ ਭਗਵੰਤ ਮਾਨ, ਉਦੋਂ ਇਹ ਆਮ ਆਦਮੀ ਪਾਰਟੀ ਦੇ ਲੀਡਰ ਹੁੰਦੇ ਸੀ, ਬੜੇ ਗਾਉਣ ਵਾਲੇ, ਬੜੇ ਕਲਾਕਾਰ,
बड़े जिहड़े सियासी लोग धार्मिक लोग सारे संसार दे विच ही सच्ची गल तां इह आ कि भाई गुरबख्श सिंह खालसा जिहड़े आ उहनां दे करके जेलां च नजरबंद सिंघां दा जिहड़ा मामला सी ना ਉਹ ਸਾਰੇ ਸੰਸਾਰ ਦੇ ਵਿੱਚ ਪਹੁੰਚਿਆ। ਬੜੀ ਵੱਡੀ ਉਹਦੀ ਇਸ ਗੱਲ ਲਈ ਘਾਲਣਾ ਭਾਈ ਗੁਰਬਖਸ਼ ਸਿੰਘ ਖਾਲਸੇ ਦੀ। ਉਦੋਂ ਪਹਿਲਾਂ ਬਹੁਤੇ ਸਿੱਖਾਂ ਨੂੰ ਤਾਂ ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਉਰਾ ਤੇ ਭਾਈ ਜਗਤਾਰ ਸਿੰਘ ਜਿਹੜਾ ਹੈਗਾ ਤਾਰਾ, ਇਹ ਤਿੰਨਾਂ ਦਾ ਬਹੁਤਾ ਪਤਾ ਸੀ। ਇੱਥੋਂ ਤੱਕ ਕਿ ਭਾਈ ਦਿਲਾਵਰ ਸਿੰਘ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਸੀ, ਭਾਈ ਬਲਵੰਤ ਸਿੰਘ ਰਾਜੋਆਣੇ ਬਾਰੇ। ਔਰ ਇਹ ਜਿਹੜੇ ਨਾਲ ਹੋਰ ਸਿੰਘ ਸੀਗੇ ਜਿਨ੍ਹਾਂ ਦਾ ਆਪਾਂ ਭਾਈ ਲਖਵਿੰਦਰ ਸਿੰਘ ਨਾਰੰਗਵਾਲ, ਭਾਈ ਸ਼ਮਸ਼ੇਰ ਸਿੰਘ ਕੰਵਰਪੁਰ ਤੇ ਭਾਈ ਗੁਰਮੀਤ ਸਿੰਘ ਇੰਜੀਨੀਅਰ, ਇਹਨਾਂ ਬਾਰੇ ਤਾਂ ਬਹੁਤ ਵਿਰਲਿਆਂ ਨੂੰ ਪਤਾ ਸੀ। ਮੈਨੂੰ ਯਾਦ ਆ ਕਿ ਕਿਵੇਂ ਇਹਨਾਂ ਪਰਿਵਾਰਾਂ ਕੋਲੇ ਜਦੋਂ ਜਾਣਾ ਤੇ ਕੋਈ ਉੱਥੇ ਗੱਲ ਨਹੀਂ ਸੀ ਹੁੰਦੀ। ਆ ਸੋਸ਼ਲ ਮੀਡੀਆ ਜਦੋਂ ਆਇਆ ਸ਼ਿੰਗਾਰ ਸਿਨੇਮਾ ਬੰਬ ਕਾਂਡ ਤੋਂ ਬਾਅਦ ਚ 2010 ਤੋਂ ਬਾਅਦ ਮੈਂ ਬਾਹਰ ਆਇਆ ਤੇ 11-12 ਦੇ ਵਿੱਚ ਸੋਸ਼ਲ ਮੀਡੀਆ ਉੱਤੇ ਇਹਨਾਂ ਦੇ ਘਰਾਂ 'ਚ ਜਾ ਕੇ ਮੈਂ ਫੋਟੋਆਂ ਜਦੋਂ ਪਾਉਣ ਲੱਗਿਆ ਤਾਂ ਬਹੁਤ ਲੋਕਾਂ ਨੇ ਪੁੱਛਿਆ ਕਰਨਾ, ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਇਹ ਵੀ ਸਿੰਘ ਜਿਹੜੇ ਨੇਗੇ ਇਸ ਕੇਸ ਵਿੱਚ ਨੇ। ਉਹ ਬੰਦਿਆਂ ਨੂੰ ਉਮਰ ਕੈਦਾਂ ਹੋ ਗਈਆਂ, ਬੰਦਿਆਂ ਨੂੰ ਸਖ਼ਤ ਸਜ਼ਾਵਾਂ ਸੁਣਾ ਦਿੱਤੀਆਂ ਸਟੇਟ ਨੇ, ਔਰ ਸਾਡੀ ਕੌਮ ਨੂੰ ਪਤਾ ਹੀ ਨਹੀਂ। ਹਾਲਾਤ ਇੰਨੇ ਮਾੜੇ ਆ ਕਿ ਭਾਈ ਗੁਰਮੀਤ ਸਿੰਘ ਇੰਜੀਨੀਅਰ ਨੂੰ ਇਸ ਵੇਲੇ ਇੱਕ 3-ਵੀਲਰ ਜੇਲ੍ਹ 'ਚੋਂ ਜਦੋਂ ਆਉਂਦਾ ਉਹ ਪਰੋਲ 'ਤੇ ਉਹ ਚਲਾਉਣਾ ਪੈਂਦਾ। ਪਟਿਆਲੇ ਦੇ ਵਿੱਚ ਪਰਿਵਾਰ ਰਹਿੰਦਾ ਤੇ ਉਹ ਭੈਣ ਵਰਿੰਦਰ ਕੌਰ ਹੁੰਦੀ ਸੀ, ਉਹ ਜਿਵੇਂ ਕੁਦਰਤ ਵੱਲੋਂ ਉਹ ਗੂੰਗੀ ਤੇ ਬੋਲੀ ਸੀ। ਤੇ ਮੈਂ ਉੱਥੇ ਜਦੋਂ ਵੀ ਜਾਣਾ ਬੜਾ ਮਨ ਉਦਾਸ ਹੋਣਾ ਕਿ ਸਾਡੀ ਕੌਮ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਜਿਹੜਾ ਬੰਬ ਉਦੋਂ ਬਣਾਇਆ ਜਿਹਦੇ ਨਾਲ ਬਿਆਨਤਾ ਉਡਾਇਆ ਬੁੱਚੜ, ਅੱਜ ਅਸੀਂ ਪੱਗਾਂ ਦਾੜੀਆਂ ਲਈ ਫਿਰਦੇ ਹਾਂ ਨਾ। ਮੈਨੂੰ ਇਹ ਕਹਿਣ ਚ ਕੋਈ ਝਿਜਕ ਨੀ, ਜੇ ਅਸੀਂ ਪੱਗ ਤੇ ਦਾੜ ਅੱਜ ਰੱਖਿਆ ਸਾਡੇ ਹੈਗਾ ਤਾਂ ਵਾ ਕਿਉਂਕਿ ਬਿਆਨਤਾ ਬੁੱਚੜ ਉੱਡ ਗਿਆ। ਜੇ ਉਹ ਹੁੰਦਾ ਤਾਂ ਪੰਜਾਬ ਦੇ ਵਿੱਚ ਅੱਜ ਆ ਜਿਹੜੇ ਮਾਰਦੇ ਆ ਬੈਠੇ ਫੇਸਬੁੱਕ ਦੇ ਉੱਤੇ ਸੋਸ਼ਲ ਮੀਡੀਆ ਉੱਤੇ ਕੇਜਰੀਵਾਲ ਦੇ ਸੈਨਾ ਬਣ ਕੇ ਸਿੱਖਾਂ ਦੇ ਘਰੇ ਜੰਮ ਕੇ ਇਹਨਾਂ ਯੋਧਿਆਂ ਨੂੰ ਇਹਨਾਂ ਸ਼ਹੀਦਾਂ ਨੂੰ ਮਾੜੇ ਲਫ਼ਜ਼ ਲਿਖਦੇ ਆ। ਇਹਨਾਂ ਸਾਰਿਆਂ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਕਿ ਤੁਹਾਡੇ ਪਿਓ ਜਿਹੜੇ ਸੀ, ਤੁਹਾਡੇ ਚਾਚੇ ਤਾਏ ਮਾਮੇ ਨਾਨੇ ਸਭ ਮਾਰ ਦੇਣੇ ਸੀ, ਅਸੀਂ ਹੋਣਾ ਹੀ ਨਹੀਂ ਸੀ। ਇੱਕ ਤਰਫਾ ਕਤਲੇਆਮ ਚੱਲ ਰਿਹਾ ਸੀਗਾ, ਖਾੜਕੂ ਬਾਲ ਘੱਟ ਚੁੱਕਿਆ ਸੀ ਖਾੜਕੂ ਧਿਰਾਂ ਦਾ, ਤੇ ਪੁਲਿਸ ਜਿਹੜੀ ਸੀ ਉਹਨੇ ਇੱਕ ਲਿਸਟ ਉਹਨਾਂ ਨੂੰ ਮਿਲੀ ਹੋਈ ਸੀ, ਬਣੀ ਹੋਈ ਸੀ ਵੀ ਇਸ ਇਲਾਕੇ ਦੇ ਵਿੱਚ ਪਿਛਲੇ ਦੌਰ ਦੇ ਵਿੱਚ ਕਿਹੜੇ ਕਿਹੜੇ ਲੋਕ ਸੰਘਰਸ਼ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਸੰਬੰਧਿਤ ਰਹੇ ਨੇ। ਜਿਸ ਤਰੀਕੇ ਨਾਲ ਆਹ ਤਰਨ ਤਾਰਨ ਇਲਾਕੇ ਦੇ ਵਿੱਚ ਅਜੀਤ ਸਿੰਘ ਸੰਧੂ ਨੂੰ ਪੂਰਾ ਇਲਾਕਾ ਦੇ ਤਾ ਕਿ ਜਿਹੜਾ ਮਿਲਦਾ ਮਾਰ ਦਿਓ, ਔਰ ਪੂਰਾ ਘਾਣ ਕੀਤਾ। ਇੱਥੇ ਪਿੱਛੇ ਜੇ ਇੱਕ ਸੁਰਜੀਤ ਬਾਜੀਗਰ ਬਾਬੇ ਬਕਾਲੇ ਇਲਾਕੇ ਦਾ ਥਾਣੇਦਾਰ, ਉਹ ਪਿੱਟਦਾ ਫਿਰਦਾ ਸੀਗਾ ਕਿ 100 ਤੋਂ ਵੱਧ ਬੰਦੇ ਤਾਂ ਮੈਂ ਹੱਥੀ ਮਾਰੇ ਆ, ਕਿਸੇ ਨੇ 100, ਕਿਸੇ ਨੇ 150, ਕਿਸੇ ਨੇ 200। ਇੱਕ ਰਾਮ ਨਾਰਾਇਣ ਕੁਮਾਰ ਦੀ ਕਿਤਾਬ ਆ ਟੈਰਰ ਇਨ ਪੰਜਾਬ, ਉਹ ਕਦੇ ਪੜ੍ਹਿਓ, ਉਹਦੇ ਚੋਂ ਲਿਖਦਾ ਕਿ ਇੱਕ ਵੱਡੇ ਅਧਿਕਾਰੀ ਨਾਲ ਉਹਦੀ ਇੰਟਰਵਿਊ ਚੱਲ ਰਹੀ ਆ, ਉਹਦੇ ਵਿੱਚ ਉਹ ਸਾਰੀ ਗੱਲ ਲਿਖਦਾ ਰਾਮ ਨਾਰਾਇਣ ਕੁਮਾਰ ਨੂੰ ਦੱਸਦਾ ਅਫਸਰ ਵੀ ਸਾਡਾ ਤਾਂ ਹਾਲ ਇਹ ਸੀਗਾ ਕਿ ਹਰੇਕ ਮਹੀਨੇ 2 ਮਹੀਨੇ ਬਾਅਦ ਉਹਨੂੰ ਮਿਲਣਾ, KPS ਗਿੱਲ ਨੂੰ, DGP ਨੂੰ ਮਿਲਣਾ ਹੁੰਦਾ ਸੀ। ਉਸ ਮੀਟਿੰਗ ਦੇ ਵਿੱਚ ਸਾਰੇ SSP ਜਿਹੜੇ ਜਦੋਂ ਬਹਿਣੇ, ਉੱਥੇ ਗੱਲ ਇਹ ਹੁੰਦੀ ਸੀ ਕਿ ਮੈਂ ਮੇਰੇ ਜ਼ਿਲ੍ਹੇ 'ਚ ਜੀ ਪਿਛਲੀ ਮੀਟਿੰਗ ਤੋਂ ਲੈ ਕੇ ਹੁਣ ਤੱਕਰ 15 ਬੰਦੇ ਮਾਰੇ ਆ, ਦੂਜਾ ਕਹਿੰਦਾ ਸੀ 20, ਤੀਜਾ ਕਹਿੰਦਾ ਸੀ 30, ਤੇ ਜਿਹਨੇ ਸਭ ਤੋਂ ਵੱਧ ਕਹਿਣਾ ਕਿ ਮੈਂ ਜੀ 50 ਠੋਕਤੇ ਸਾਡੇ ਇਲਾਕੇ 'ਚ, ਉਹ ਬੰਦਾ ਉਸ ਰਾਤ ਦਾ ਹੀਰੋ ਹੁੰਦਾ ਸੀ KPS ਗਿੱਲ। ਡੰਡੇ ਮਾਰੋ ਬਸ, ਚਾਹੇ ਉਹ ਦੋਸ਼ੀ ਹੈ ਚਾਹੇ ਨਹੀਂ, ਸਿੱਖਾਂ ਦੀ ਇਸ ਤਰੀਕੇ ਨਾਲ ਨਸਲਕੁਸ਼ੀ ਹੋ ਰਹੀ ਸੀ। ਔਰ ਉਸ ਨਸਲਕੁਸ਼ੀ ਨੂੰ ਖਾੜਕੂ ਧਿਰਾਂ ਦਾ ਜਦੋਂ ਬਲ ਘਟ ਗਿਆ 92-93 ਤੋਂ ਬਾਅਦ, ਜਦੋਂ ਵੱਡੀਆਂ ਜਿਹੜੀਆਂ ਸਾਡੀਆਂ ਸ਼ਖਸੀਅਤਾਂ ਸੀ ਖਾੜਕੂ ਸੰਘਰਸ਼ ਦੀਆਂ ਉਹ ਸ਼ਹੀਦ ਹੋ ਗਈਆਂ, ਤਾਂ ਉਸ ਤੋਂ ਬਾਅਦ ਵਿੱਚ 1993-94-95 ਤੱਕ ਜੋ ਕੁਝ ਹੋਇਆ ਉਹ ਕਦੇ ਭਾਈ ਬਲਵੰਤ ਸਿੰਘ ਰਾਜੋਆਣੇ ਦੀਆਂ ਚਿੱਠੀਆਂ ਜਿਹੜੀਆਂ ਨੇ ਉਸ ਦੌਰ ਦੀਆਂ, ਜਿਹੜੀਆਂ ਆਪਦੇ ਪਰਿਵਾਰ ਨੂੰ ਲਿਖੀਆਂ ਪਿੱਛੇ ਜੇ ਸੰਘਰਸ਼ ਦਾ ਸੱਚ ਉੱਤੇ ਬਾਬਾ ਉਹ ਆਉਂਦੀਆਂ ਰਹੀਆਂ ਨੇ। ਜੋ ਕੁਝ ਭਾਈ ਹਰਪਿੰਦਰ ਸਿੰਘ ਗੋਲਡੀ ਦੇ ਪਰਿਵਾਰ ਨਾਲ ਹੋਇਆ, ਜਿਵੇਂ ਉਹਦੀ ਭੈਣ ਨੂੰ ਅਮਨਦੀਪ ਕੌਰ ਨੂੰ, ਉਹਨਾਂ ਦਿਨਾਂ 'ਚ ਬੇਅੰਤ ਸਿੰਘ ਦਾ ਰਾਜ ਨਵਾਂ ਨਵਾਂ ਆਇਆ ਸੀ, ਫਰਵਰੀ 1992 ਦੀ ਗੱਲ ਹੈ। ਉਹਦੇ ਘਰੇ ਜਾ ਕੇ ਪੁਲਿਸ ਦੇ ਬੰਦਿਆਂ ਨੇ, ਕੈਟਾਂ ਟਾਊਟਾਂ ਨੇ ਉਸ ਬੱਚੀ ਨੂੰ ਗੋਲੀਆਂ ਨਾਲ ਉਡਾ ਦਿੱਤਾ, ਸ਼ਹੀਦ ਕਰ ਦਿੱਤਾ। ਉਹਦੀ
ਮਾਤਾ ਨਾਲ ਜੋ ਹਰਪਿੰਦਰ ਸਿੰਘ ਗੋਲਡੀ ਦੀ ਨਾਲ ਹੋਇਆ ਮਹਾਰਾਜ ਦੇ ਵਿੱਚ, ਤੇ ਜਿਹੜੀ ਆ ਕਮਲਜੀਤ ਕੌਰ ਹੈ ਇਹ ਬਚ ਗਈ ਕੁਦਰਤ ਕਿਸੇ ਤਰੀਕੇ ਨਾਲ ਬਚਣਾ ਲਿਖਿਆ ਸੀ। ਚਲੋ ਬਾਅਦ ਚ ਭਾਈ ਬਲਵੰਤ ਸਿੰਘ ਰਾਜੋਆਣੇ ਨਾਲ ਇਹਨਾਂ ਦਾ ਇੰਨਾ ਪਿਆਰ ਬਣ ਗਿਆ ਕਿ ਉਸ ਪਰਿਵਾਰ ਦੇ ਨਾਲ ਅੱਜ ਤੱਕ ਉਹ ਭਰਾ ਬਣਿਆ ਹੋਇਆ ਕਮਲਜੀਤ ਕੌਰ ਦਾ। ਪਰ ਕਮਲਜੀਤ ਕੌਰ ਦੀ ਭੈਣ ਅਮਨਜੀਤ ਕੌਰ ਦਾ, ਅਮਨਦੀਪ ਕੌਰ ਦਾ ਕੋਈ ਕਸੂਰ ਨਹੀਂ ਸੀ, ਉਹਨੂੰ ਘਰੇ ਬੈਠੇ ਨੂੰ ਪੁਲਿਸੀਆਂ ਨੇ ਗੋਲੀਆਂ ਨਾਲ ਉੜਾਇਆ। ਤੇ ਸੋਚੋ ਕਿਵੇਂ ਉਹਨਾਂ ਦਿਨਾਂ ਦੇ ਵਿੱਚ ਪੁਲਿਸ ਨੂੰ ਖੁੱਲੇ ਅਧਿਕਾਰ ਸੀ ਵੀ ਜਾਓ ਘਰਾਂ ਚ, ਚਾਹੇ ਉਹਨਾਂ ਦੀਆਂ ਧੀਆਂ ਭੈਣਾਂ ਨੂੰ ਜੋ ਮਰਜ਼ੀ ਕਰੋ, ਔਰ ਅਸੀਂ ਤਾਂ ਬੋਲਣ ਲੱਗਿਆਂ ਸਾਨੂੰ ਸ਼ਰਮ ਆਉਂਦੀ ਆ ਜੋ ਕੁਝ ਇੱਥੇ ਉਸ ਦੌਰ ਵਿੱਚ ਵਾਪਰੇ। ਤੇ ਉਹ ਸਾਰਾ ਜਿਹੜਾ ਲਗਾਤਾਰ ਚੱਲੀ ਜਾ ਰਿਹਾ ਸੀ, ਇੱਕ ਜਿਵੇਂ ਇੱਕ ਵਨ ਸਾਈਡਡ ਇੱਕ ਤਰਫਾ ਜਿਹੜਾ ਕਤਲੇਆਮ ਸਿੱਖਾਂ ਦਾ ਹੋ ਰਿਹਾ ਸੀ, ਉਹਨੂੰ ਜੇ ਠੱਲ ਪਾਈ ਤਾਂ ਪਾਈ ਇਹਨਾਂ ਸਿੰਘਾਂ ਨੇ। ਇਹਨਾਂ ਸਿੰਘਾਂ ਨੇ ਭਾਈ ਬੇਅੰਤ ਸਿੰਘ ਵਾਲੇ, ਭਾਈ ਦਿਲਾਵਰ ਸਿੰਘ ਹੋਣਾ ਨੇ, ਭਾਈ ਬਲਵੰਤ ਸਿੰਘ ਰਾਜੋਆਣੇ ਹੋਣਾ ਨੇ ਇਸ ਕੇਸ ਦੇ ਵਿੱਚ ਇੱਕ ਬਹੁਤ ਵੱਡੀ ਮਤਲਬ ਇਹਨਾਂ ਦੀ ਘਾਲਣਾ ਹੈ ਇਹਦਾ। ਆਪਾਂ ਜੇ ਕਹੀਏ ਵੀ ਇਹਨਾਂ ਨਾਲ ਅਸਹਿਮਤ ਹੋਣਾ ਜਾਂ ਕਿਸੇ ਮਸਲੇ ਤੇ ਆਪਾਂ ਵਿੱਚ ਵੱਖਰੇ ਵਿਚਾਰ ਹੋਣੇ ਹੋਰ ਗੱਲ ਆ, ਪਰ ਇਹਨਾਂ ਦੀ ਕਰਦਾਰ ਕੁਸ਼ੀ ਕਰਨ ਤੱਕ ਜਾਣਾ। ਪਹਿਲਾਂ ਆਮ ਆਦਮੀ ਪਾਰਟੀ ਵਾਲੇ ਲਗਾਤਾਰ ਭੰਡਦੇ ਰਹੇ ਆ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ, ਹੁਣ ਦੋ ਤਿੰਨ ਦਿਨ ਤੋਂ ਦੁਆਲੇ ਹੋਏ ਨੇ ਪ੍ਰੋਫੈਸਰ ਭਾਈ ਬਲਵੰਤ ਸਿੰਘ ਰਾਜੋਆਣੇ ਦੇ। ਭਾਈ ਬਲਵੰਤ ਸਿੰਘ ਰਾਜੋਆਣਾ ਜਿਹੜਾ ਹੈ ਉਹਦਾ ਆਪਾਂ ਨੂੰ ਪਤਾ ਸਾਰਿਆਂ ਨੂੰ ਵੀ ਉਹ ਜੇਲ੍ਹ 'ਚ ਹੈ, ਤੇ ਉਹ ਜਦੋਂ ਵੀ ਉਹਦਾ ਪਿਛਲੇ 5-10 ਸਾਲਾਂ ਤੋਂ ਉਹਦੇ ਕੁਛ ਹਾਲਾਤ ਜੋ ਵੀ ਉਹਨੂੰ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦਲ ਨਾਲ ਉਹਦਾ ਤਾਲਮੇਲ ਆ, ਸ਼੍ਰੋਮਣੀ ਕਮੇਟੀ ਵਾਲੇ ਜਾਂਦੇ ਆ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੋਣ, ਚਾਹੇ ਉਹ ਪਹਿਲਾਂ ਗਿਆਨੀ ਗੁਰਭਜਨ ਸਿੰਘ ਸੀ ਹੁਣ ਆਹ ਗਿਆਨੀ ਹਰਪ੍ਰੀਤ ਸਿੰਘ ਆ, ਚਲੋ ਤੇ ਰਾਹ ਧੜਿਆਂ 'ਚ, ਪਰ ਉਹਦੀ ਕੁਰਬਾਨੀ ਜਿਹੜੀ ਆ ਉਹ ਤਾਂ ਆਪਾਂ ਮੰਨੀਏ ਨਾ ਵੀ ਉਹਦੀ ਕੁਰਬਾਨੀ ਉਸ ਮਾਮਲੇ 'ਚ ਹੈਗੀ ਆ। ਇੱਕ ਟਾਈਮ ਉਹੀ ਸੀ ਜਦੋਂ ਪ੍ਰੋਫੈਸਰ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ ਦੇ ਮੁੱਦੇ ਉੱਤੇ ਆਪਾਂ ਸਾਰਿਆਂ ਨੇ ਕਿਵੇਂ ਇੱਕ ਬੜਾ ਵੱਡਾ ਸੰਘਰਸ਼ ਸਾਰੇ ਦੁਨੀਆ 'ਚ ਲੜਿਆ, ਕਿਵੇਂ ਖਾਲਸਾਈ ਝੰਡੇ ਜਿਹੜੇ ਚਲਾਏ, ਉਹਦੇ ਵੱਖਰੇ ਵਿਚਾਰ, ਕਿਸੇ ਨਾਲ ਸਹਿਮਤ ਹੋਣਾ ਨਾ ਸਹਿਮਤ ਹੋਣਾ ਹੋਰ ਗੱਲ, ਉਹਨੇ ਜਿਹੜੀ ਗੱਲ ਕਹੀ ਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੋ, ਇਹਨੂੰ ਜਿਤਾਉਣਾ ਚਾਹੀਦਾ ਜੇ ਉਹ, ਦੇਖੋ ਨਾ ਤਾਂ ਉਹਦੇ ਕਹਿਣ ਦੇ ਉੱਤੇ ਪਹਿਲਾਂ ਕਿਸੇ ਨੇ ਵੋਟ ਪਾਈ ਆ ਤੇ ਨਾ ਪਾਉਣੋਂ ਕਿਸੇ ਨੇ ਉਹਦੇ ਕਹਿਣ ਤੇ ਕਿਸੇ ਨੂੰ ਰੁਕਣਾ, ਵੋਟਾਂ ਵਾਲਾ ਮਸਲਾ ਹੀ ਵੱਖਰਾ, ਉਹ ਤਾਂ ਅਸੀਂ ਸਾਰੇ ਹੀ ਕਹਿੰਦੇ ਹਾਂ ਜਿਹੜੇ ਕੌਮ ਦਾ ਦਰਦ ਰੱਖਦੇ ਹਾਂ, ਕਿ ਜਦੋਂ ਲੋਕਾਂ ਨੇ ਬਾਦਲ ਦਲ ਨੂੰ ਵੋਟਾਂ ਪਾਈਆਂ ਸੀ ਉਦੋਂ ਵੀ ਉਹਨਾਂ ਨੂੰ ਕਿਸੇ ਸਿੱਖ ਸੰਘਰਸ਼ ਵਾਲੇ ਨੇ ਨਹੀਂ ਸੀ ਕਿਹਾ ਹੈਗਾ ਕਿ ਤੁਸੀਂ ਵੋਟਾਂ ਪਾਓ, ਜਦੋਂ 2007 'ਚ ਸਰਕਾਰ ਬਣੀ ਆ ਉਦੋਂ ਕਿਹੜਾ ਰਾਜੋਆਣੇ ਦੇ ਕਹਿਣ ਤੇ ਵੋਟਾਂ ਪਾਈਆਂ ਸੀ। ਫਿਰ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਕਿਵੇਂ 2017 ਬਾਅਦ 'ਚ ਜਿਹੜੀ ਹੈਗੀ ਆ 12 'ਚ ਸਰਕਾਰ ਬਣੀ, ਤੇ 2017 'ਚ ਕਾਂਗਰਸ ਨੂੰ ਵੋਟਾਂ ਪਾਈਆਂ, ਉਦੋਂ ਕਿਹੜਾ ਭਾਈ ਬਲਵੰਤ ਸਿੰਘ ਰਾਜੋਆਣੇ ਨੇ ਕਿਹਾ ਸੀ ਵੀ ਕਾਂਗਰਸ ਨੂੰ ਵੋਟਾਂ ਪਾਓ ਜਾਂ ਕਿਸੇ ਹੋਰ ਜੁਝਾਰੂ ਨੇ ਕਿਹਾ ਸੀ। ਉਸ ਟਾਈਮ ਜਿਨ੍ਹਾਂ ਨੇ ਵੋਟਾਂ ਪਾਈਆਂ ਉਦੋਂ ਬਾਦਲਕਿਆਂ ਤੋਂ ਦੁਖੀ ਹੋ ਕੇ ਕਾਂਗਰਸ ਨੂੰ ਪਾਤੀਆਂ, ਅੱਜ ਕਾਂਗਰਸ ਤੋਂ ਤੇ ਬਾਦਲਕਿਆਂ ਤੋਂ ਦੁਖੀ ਹੋ ਕੇ ਜਿਹੜੇ ਲੋਕ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣੀਆਂ ਚਾਹੁੰਦੇ ਆ ਉਹਨਾਂ ਨੂੰ ਅਸੀਂ ਕੋਈ ਧੱਕੇ ਨਾਲ ਰੋਕ ਤਾਂ ਰਹੇ ਨਹੀਂ ਹੈਗੇ, ਆਪਦੀ ਮਰਜ਼ੀ ਆ ਜਿਹਨੇ ਜਿਹਨੂੰ ਪਾਉਣਾ ਪਾਓ, ਪਰ ਹਰੇਕ ਬੰਦੇ ਨੂੰ ਇਹ ਤਾਂ ਹੱਕ ਹੈਗਾ ਨਾ ਕਿ ਉਹ ਆਪਦੀ ਮਰਜ਼ੀ ਆਪਦੀ ਰਾਇ ਦੱਸ ਸਕੇ। ਤੇ ਜੇ ਬਲਵੰਤ ਸਿੰਘ ਰਾਜੋਆਣੇ ਨੇ ਆਪਦੀ ਮਰਜ਼ੀ ਆਪਦੀ ਰਾਇ ਦੱਸਤੀ ਸਾਨੂੰ ਉਹਦੇ ਨਾਲ ਜੇ ਅਸਹਿਮਤੀ ਆਪਾਂ ਚੁੱਪ ਕਰ ਰਹੋ, ਪਰ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਨੇ ਉਹਦੇ ਖਿਲਾਫ ਭੰਡੀ ਪ੍ਰਚਾਰ ਕੀਤਾ ਉਹ ਬਿਲਕੁਲ ਉਹੀ ਟਰਮੀਨੋਲੋਜੀ ਉਹੀ ਸ਼ਬਦਾਵਲੀ ਉਹੀ ਭਾਵਨਾ ਜਿਹੜੀ ਪ੍ਰੋਫੈਸਰ ਭੁੱਲਰ ਬਾਰੇ ਸੀ। ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਦੋਂ ਭਾਈ ਗੁਰਬਖਸ਼ ਸਿੰਘ ਖਾਲਸਾ ਨੇ 2013 ਦੇ ਵਿੱਚ 3-4 ਮਹੀਨੇ ਉਹ ਭੁੱਖੜਤਾਲ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿੱਚ ਕੀਤੀ, ਉਸ ਮਾਹੌਲ ਨੂੰ ਉਹ ਮਾਹੌਲ ਵਿੱਚ ਬਾਦਲ ਦਲ ਜਿਹੜਾ ਸੀ ਉਹਦੇ ਪੂਰੇ ਪੈਰ ਚੱਕੇ ਗਏ, ਕਿਉਂਕਿ ਬਾਦਲ ਜਿਹੜਾ ਪਰਿਵਾਰ ਆ ਵੱਡਾ ਬਾਦਲ ਤੇ ਛੋਟਾ ਬਾਦਲ ਉਹਨਾਂ ਦੀ ਇੱਕੋ ਹੀ ਰੱਟ ਲਾਈ ਹੋਈ ਸੀ, ਅਸੀਂ ਤਾਂ ਵੀ ਕੁਝ ਨਹੀਂ ਕਰ ਸਕਦੇ, ਅਸੀਂ ਜੀ ਜੇਲ੍ਹਾਂ ਤੇ ਨਜ਼ਰਬੰਦ ਸਿੰਘਾਂ ਲਈ ਕੱਖ ਨਹੀਂ ਕਰ ਸਕਦੇ, ਪਹਿਲਾਂ ਤਾਂ ਇਸ ਤਰ੍ਹਾਂ ਕਹਿੰਦੇ ਘਾਉਂਦੇ ਰਹੇ, ਪਰ ਜਦੋਂ ਮਾਮਲਾ ਭੱਖ ਗਿਆ ਸਾਰੀ ਦੁਨੀਆ ਵਿੱਚ ਤੋਏ ਤੋਏ ਹੋਣ ਲੱਗ ਗਈ ਬਾਦਲ ਦਲ ਦੀ, ਫਿਰ ਇਹ ਭੱਜੇ, ਫਿਰ ਉਹਨਾਂ ਸਿੰਘਾਂ ਦੀਆਂ ਪੈਰੋਲਾਂ ਹੋਈਆਂ ਜਿਨ੍ਹਾਂ ਨੂੰ ਲੱਗਦਾ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਉਸ ਸੰਘਰਸ਼ ਵਿੱਚ ਆਹ ਨਹੀਂ ਕੀਤਾ ਉਹ ਨਹੀਂ ਕੀਤਾ, ਉਹ ਵੱਖਰੀ ਗੱਲ ਹੈ, ਪਰ ਇਹ ਗੱਲ ਵੀ ਹੈ ਕਿ ਭਾਈ ਬਲਵੰ ਜਿਹੜਾ ਹੈਗਾ ਆਪਣਾ ਭਾਈ ਸ਼ਮਸ਼ੇਰ ਸਿੰਘ, ਗੁਰਮੀਤ ਸਿੰਘ ਇੰਜੀਨੀਅਰ ਤੇ ਲਖਵਿੰਦਰ ਸਿੰਘ ਦਾਰਗਵਾਲ ਇਹਨਾਂ ਦੀਆਂ ਪਰੋਲਾਂ ਸ਼ੁਰੂ ਕਰਵਾ ਗਿਆ ਉਹ ਭਾਈ ਗੁਰਬਖਸ਼ ਸਿੰਘ ਖਾਲਸਾ,
ਪਤਾ ਕਿ ਕਿਵੇਂ ਸ਼੍ਰੋਮਣੀ ਕਮੇਟੀ ਨੂੰ ਵਰਤਿਆ ਬਾਦਲਕਿਆਂ ਨੇ, ਕਿਵੇਂ ਅਕਾਲ ਤਖ਼ਤ ਸਾਹਿਬ ਦੇ ਰੁਤਬੇ ਨੂੰ ਵਰਤਿਆ, ਤੇ ਭਾਈ ਗੁਰਬਖਸ਼ ਸਿੰਘ ਖਾਲਸਾ ਜਿਸ ਦਿਨ ਭੁੱਖ ਹੜਤਾਲ ਉਹਨੇ ਛੱਡਣੀ ਸੀ, ਉਹਦੇ ਨਾਲ ਮੇਰਾ ਕਰੀਬੀ ਸੰਬੰਧ ਸੀਗਾ ਮੇਰੇ ਕੋਲ, ਜਦੋਂ ਇੱਥੇ ਜੂਨ ਮਹੀਨੇ ਚ 2013 ਦੇ ਵਿੱਚ ਉਹਨੇ ਜਦੋਂ ਆਇਆ ਤੇ ਇੱਥੇ ਮੈਂ ਉਹਨੂੰ ਮਨਾ ਵੀ ਕੀਤਾ ਸੀ ਮੈਂ ਤਾਂ ਆਪਦੇ ਵੱਲੋਂ ਕਿ ਆਪਾਂ ਦੇਖ ਲਓ ਹਜੇ ਥੋੜਾ ਜਿਹਾ ਪਹਿਲਾਂ ਹੋਰ ਆਪਾਂ ਕੰਮ ਕਰ ਲਈਏ ਗਰਾਊਂਡ ਤੇ ਫੇਰ ਆਪਾਂ ਸੰਘਰਸ਼ ਲਾਣੀਏ, ਪਰ ਉਹਨੇ ਕਹਿਤਾ ਕਿ ਨਹੀਂ ਮੈਂ ਤਾਂ ਜੀ ਹੁਣ 2 ਮਹੀਨੇ 3 ਮਹੀਨੇ ਦੇ ਵਿੱਚ ਆਪਦਾ ਬਹਿ ਜਾਣਾ, ਤੇ ਬਹਿ ਵੀ ਗਿਆ। ਇੱਥੇ ਅਸੀਂ ਪ੍ਰਕਰਮਾ ਦੇ ਵਿੱਚ 6 ਜੂਨ ਵਾਲੇ ਦਿਨ ਉਹ ਵਰਕੇ ਦੇ ਸਾਰੇ ਵੰਡੇ ਕਿ ਜੇਕਰ 19 ਤਰੀਕ ਤੀਕਰ ਨਾ ਕੀਤਾ ਕੁਛ ਸਰਕਾਰ ਨੇ ਫਿਰ ਅਸੀਂ ਸੰਘਰਸ਼ ਕਰਾਂਗੇ। ਤੋ ਭਾਈ ਗੁਰਬਖਸ਼ ਸਿੰਘ ਖਾਲਸਾ ਕੋਲ ਉਸ ਦਿਨ ਵੀ ਬੈਠਾ ਰਿਹਾ ਮੈਂ ਜਿਸ ਦਿਨ ਉਹਨੇ ਜਿਹੜਾ ਸ਼ਾਮ ਨੂੰ ਇੱਥੇ ਉਹ ਜਿਹੜਾ ਮਾਤਾ ਗੰਗਾ ਨਿਵਾਸ ਦੇ ਉਸ ਕਮਰੇ ਦੇ ਵਿੱਚ ਜਦੋਂ ਉਹ ਇਹਨਾਂ ਨੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਲਿਜਾ ਕੇ ਉਹਨੂੰ ਬਾਅਦ ਵਿੱਚ ਜੂਸ ਪਿਲਾਇਆ, ਤੇ ਕਿਉਂਕਿ ਉਦੋਂ ਉਡੀਕ ਰਹੇ ਸੀਗੇ ਵੀ ਭਾਈ ਗੁਰਮੀਤ ਸਿੰਘ ਇੰਜੀਨੀਅਰ ਹੋਣਾ ਨੂੰ ਜੇਲ੍ਹ ਚੋਂ ਹਜੇ ਲੈ ਕੇ ਆਉਣਾ, ਜਿੰਨਾ ਟਾਈਮ ਉਹ ਆਉਂਦੇ ਨਹੀਂ ਉਨਾ ਟਾਈਮ। ਸੋ ਇਹ ਜਿਹੜਾ ਭਾਈ ਗੁਰਬਖਸ਼ ਸਿੰਘ ਖਾਲਸਾ ਉਹ ਇਸ ਕੰਮ ਦੇ ਵਿੱਚ ਆਪਦੀ ਇਸ ਸੰਘਰਸ਼ ਵਿੱਚ ਆਪਦੀ ਬਾਅਦ ਵਿੱਚ ਜਾਨ ਵੀ ਲੇਖੇ ਲਾ ਗਿਆ, ਤੇ ਇਸ ਗੁਰਬਖਸ਼ ਸਿੰਘ ਖਾਲਸਾ ਦੇ ਸੰਘਰਸ਼ ਦਾ ਸਭ ਤੋਂ ਵੱਡਾ ਨੁਕਸਾਨ ਉਸ ਮੌਕੇ ਬਾਦਲ ਦਲ ਨੂੰ ਹੋਇਆ, ਉਹਦੇ ਖਿਲਾਫ ਮਾਹੌਲ ਬਣ ਗਿਆ ਤੇ ਉਸ ਮਾਹੌਲ ਦਾ ਸਿਆਸੀ ਲਾਹਾ ਲਿਆ ਆ ਆਮ ਆਦਮੀ ਪਾਰਟੀ ਵਾਲਿਆਂ ਨੇ, ਜਿਹੜੇ ਅੱਜ ਟੱਪਦੇ ਫਿਰਦੇ ਆ ਕਿ ਸਾਡੀਆਂ ਵੋਟਾਂ ਖਰਾਬ ਕਰ ਰਹੇ ਹੋ ਜੀ ਤੁਸੀਂ ਤਾਂ, ਜਿਹਨਾਂ ਚ ਨਜ਼ਰਬੰਦ ਸਿੰਘਾਂ ਦੀ ਗੱਲ ਛੇੜ ਕੇ। ਜਦੋਂ ਤਾਂ ਤੁਹਾਨੂੰ ਸਿਆਸੀ ਲਾਭ ਮਿਲਦਾ, ਚੇਤੇ ਕਰੋ ਜਦੋਂ ਥੋੜੇ ਟਾਈਮ ਬਾਅਦ ਗੁਰਬਖਸ਼ ਸਿੰਘ ਖਾਲਸਾ ਵਾਲੀ ਭੁੱਖ ਹੜਤਾਲ ਤੋਂ ਬਾਅਦ ਲੋਕ ਸਭਾ ਦੀਆਂ ਚੋਣਾਂ ਆ ਗਈਆਂ, ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਇਹਨਾਂ ਨੇ ਭਾਈ ਜਰਨੈਲ ਸਿੰਘ ਪੱਤਰਕਾਰ ਨੂੰ ਇਸ ਕਰਕੇ ਖੜਾ ਕੀਤਾ ਕਿਉਂਕਿ ਉਹ ਜਿਹੜਾ ਜੁੱਤੀ ਵਾਲਾ ਕਾਂਡ ਕਰਕੇ ਨਵੰਬਰ 84 ਦੇ ਕਤਲੇਆਮ ਦੀਆਂ ਭਾਵਨਾਵਾਂ ਜਿਹੜੀਆਂ ਸੀ ਉਹ ਸਾਰੀਆਂ ਉਸ ਕਰਕੇ ਉਭਰੀਆਂ ਹੋਈਆਂ ਸੀ, ਤੇ ਪੱਤਰਕਾਰ ਜਰਨੈਲ ਸਿੰਘ ਨੂੰ ਟਿਕਟ ਦੇ ਤੀ। ਦੂਜਾ ਹਰਿੰਦਰ ਸਿੰਘ ਖਾਲਸਾ ਜਿਹੜਾ ਕਿ ਡਿਪਲੋਮੈਟ ਆ ਤੇ ਬਿਸ਼ੱਕ ਦੀ ਉਹ ਕਈ ਪਾਰਟੀਆਂ ਬਦਲੀਆਂ, ਹੁਣ ਤਾਂ ਸ਼ਾਇਦ ਭਾਜਪਾ ਚ ਆ, ਪਰ ਉਹਨੂੰ ਵੀ ਟਿਕਟ ਦਿੱਤੀ ਗਈ। ਫਿਰ HS ਫੂਲਕਾ ਵਕੀਲ ਸੀਗੇ ਜਿਹੜੇ ਕਿ ਨਵੰਬਰ 84 ਦੇ ਕੇਸ ਲੜਦੇ ਸੀ। ਸੋ ਇਹ ਜਿਹੜੇ ਸਿੱਖ ਜਜ਼ਬਾਤਾਂ ਨਾਲ ਜੁੜੇ ਹੋਏ ਲੋਕ ਸੀ ਇਹਨਾਂ ਨੂੰ ਆਮ ਆਦਮੀ ਪਾਰਟੀ ਨੇ ਟਿਕਟਾਂ ਦੇ ਕੇ ਬਾਦਲਕਿਆਂ ਦੇ ਖਿਲਾਫ ਜਿਹੜਾ ਉਭਾਰ ਹੋਇਆ ਹੋਇਆ ਸੀ, ਲੋਕਾਂ ਚ ਮਾਹੌਲ ਬਣਿਆ ਹੋਇਆ ਸੀ, ਜਿਹੜਾ ਨੈਰੇਟਿਵ ਉਸ ਭੁੱਖ ਹੜਤਾਲ ਕਰਕੇ ਸਿਰਜਿਆ ਗਿਆ ਸੀ ਜਿਹਦੇ ਵਿੱਚ ਜੇਲ੍ਹਾਂ ਚ ਨਜ਼ਰਬੰਦ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਸੀਗਾ, ਉਹਦਾ ਜਦੋਂ ਸਿਆਸੀ ਲਾਹਾ ਲੈਣਾ ਸੀ ਉਦੋਂ ਤਾਂ ਆਮ ਆਦਮੀ ਪਾਰਟੀ ਨੂੰ ਇਹ ਮਸਲਾ ਬੜਾ ਵਧੀਆ ਲੱਗਦਾ ਸੀਗਾ ਕਿ ਬਾਦਲਕਿਆਂ ਦਾ ਜਲੂਸ ਨਿਕਲ ਰਿਹਾ। ਅੱਜ ਜਦੋਂ ਆਪ ਤੇ ਆ ਪਈ, ਆਪਦੇ ਸਿਰ ਤੇ ਆ ਪਈ ਵੀ ਭਾਈ ਠੀਕ ਆ ਜਿਹੜਾ ਪ੍ਰੋਫੈਸਰ ਭੁੱਲਰ ਹੈ ਉਹਦੇ ਲਈ ਰਿਹਾਈ ਦੇ ਲਈ ਦਿੱਲੀ ਦੇ ਮੁੱਖ ਮੰਤਰੀ ਦੇ ਦਸਤਖਤ ਹੋਣੇ, ਦਿੱਲੀ ਦੇ ਮੁੱਖ ਮੰਤਰੀ ਦੇ ਦਸਤਖਤ ਜਿਹੜਾ ਸੈਂਟੈਂਸ ਰਿਵਿਊ ਬੋਰਡ ਆ ਉਹਦੇ ਬਾਰੇ ਜਿੰਨਾ ਝੂਠ ਹੁਣ ਫਿਰ ਦੁਬਾਰਾ ਬੋਲਣੋਂ ਹਟਿਆ ਨੀ ਕੇਜਰੀਵਾਲ, ਐਵੇਂ ਸ਼ੋ ਕਰਦਾ ਕਿ ਮੈਨੂੰ ਤਾਂ ਪਹਿਲਾਂ ਕਹਿੰਦਾ ਮੈਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ ਵੀ ਤੈਨੂੰ ਪਤਾ ਤੇਰੇ ਦਸਤਖਤ ਹੋ ਕੇ 3 ਵਾਰੀ 4 ਵਾਰੀ ਰਿਪੋਰਟਾਂ ਹੋ ਗਈਆਂ ਗਲਤ, ਤੈਨੂੰ ਪਤਾ ਨਹੀਂ ਹਜੇ। ਤੇ ਫਿਰ ਉਸ ਤੋਂ ਬਾਅਦ ਵਿੱਚ ਜੇ ਪਤਾ ਨਹੀਂ ਵਾਲੀ ਗੱਲ ਆ, ਫਿਰ ਜਦੋਂ ਪਿਛਲੇ ਵਾਰ ਭਾਈ ਗੁਰਬਖਸ਼ ਸਿੰਘ ਜਿਹੜਾ ਹੈਗਾ ਭਾਈ ਦਵਿੰਦਰਪਾਲ ਸਿੰਘ ਭੁੱਲਰ ਵਾਲਾ ਮਸਲਾ ਜਦੋਂ 2019 ਦੇ ਵਿੱਚ 550 ਸਾਲੇ ਮੌਕੇ ਚਿੱਠੀ ਗਈ ਉਦੋਂ ਦਾ ਪਤਾ ਲੱਗਿਆ, ਜਦੋਂ ਇਹਨਾਂ ਦੀ ਸਰਕਾਰ ਨੂੰ ਨੋਟਿਸ ਆਇਆ ਕਿ ਭਾਈ ਕਾਰਵਾਈ ਨਾ ਕਰਿਓ ਕਿਉਂਕਿ ਸੁਪਰੀਮ ਕੋਰਟ ਨੇ ਬਿੱਟੇ ਵਾਲੀ ਪਟੀਸ਼ਨ ਉੱਤੇ ਰੋਕ ਲਾ ਦਿੱਤੀ ਆ, ਸਟੇਅ ਦੇ ਦਿੱਤਾ, ਤਾਂ ਨਹੀਂ ਇਹਨੂੰ ਪਤਾ ਲੱਗਿਆ। ਤੇ ਜਿੱਦਣ ਸੁਪਰੀਮ ਕੋਰਟ ਦੇ ਵਿੱਚ ਇਹ ਕੇਸ ਡਿਸਮਿਸ ਹੋਇਆ ਨੂੰ ਤਾਂ ਨਾ ਪਤਾ ਲੱਗਿਆ, ਜਿੱਦਣ ਭੁੱਲਰ ਦੇ ਵਕੀਲ ਭੁੱਲਰ ਸਾਹਿਬ ਦੇ ਵਕੀਲ ਮੰਝਪੁਰ ਸਾਹਿਬ ਨੇ ਚਿੱਠੀ ਪਾਈ ਆ ਤਾਂ ਨਹੀਂ ਪਤਾ ਲੱਗਿਆ, ਇਹਨਾਂ ਨੂੰ ਪਤਾ ਕਿਵੇਂ ਲੱਗੂਗਾ? ਇਹ ਪਤਾ ਲਾਉਣ ਦੇ ਲਈ ਫਿਰ ਆ ਤਾਂ ਹੁਣ ਤਾਂ ਵੋਟਾਂ ਸੀਗੀਆਂ ਇਸ ਕਰਕੇ ਇਹਨਾਂ ਨੂੰ ਗੱਲ ਸੁਣ ਗਈ, ਨਹੀਂ ਇਹਨਾਂ ਨੂੰ ਇਹ ਨਹੀਂ ਸੀ ਸੁਣਨੀ, ਕਿਉਂਕਿ ਹੁਣ ਇਲੈਕਸ਼ਨ ਦੇ ਦੌਰ ਦੇ ਵਿੱਚ ਇਹਨਾਂ ਨੇ ਪਹਿਲਾਂ ਤਾਂ ਪੂਰਾ ਤਾਨਾਸ਼ਾਹੀ ਵਾਲਾ ਡਿਕਟੇਟਰਸ਼ਿਪ ਵਾਲਾ ਰਵੱਈਆ ਰੱਖਿਆ, ਤੇ ਅਖੀਰ ਜਦੋਂ ਇੱਥੇ ਪੰਗਾ ਪੈ ਗਿਆ ਪੂਰਾ ਪੰਜਾਬ ਦੇ ਵਿੱਚ, ਫਿਰ ਇਹਨਾਂ ਨੂੰ ਬੋਲਣਾ ਪਿਆ ਤੇ ਝੂਠ ਝਾੜ ਜੇ ਬੋਲ ਕੇ ਹੁਣ ਇਹ ਚਾਹੁੰਦੇ ਆ ਕਿ ਵੋਟਾਂ ਤੱਕ ਦਾ ਐਂ ਟਰਕਾ ਜਿਹੜਾ ਹੈਗਾ ਕਰਕੇ ਲੰਘ ਜਾਈਏ। ਅਸੀਂ ਇਹ ਸਮਝਦੇ ਹਾਂ ਕਿ ਇਕੱਲਾ ਕੇਜਰੀਵਾਲ ਜਾਂ ਦਿੱਲੀ ਦੀ ਸਰਕਾਰ ਨਹੀਂ, ਇਕੱਲਾ ਮੋਦੀ ਸਰਕਾਰ ਨਹੀਂ, ਪੂਰਾ ਭਾਰਤੀ ਹਕੂਮਤੀ ਸਿਸਟਮ ਜਿਹੜਾ ਹੈ ਉਹਦਾ ਇਹ ਮਿਥਿਆ ਹੋਇਆ ਕਿ ਵੋਟਾਂ ਐਂ ਲੰਘਾਓ ਤੇ ਸਿੱਖਾਂ ਨੂੰ ਕੁਛ ਨਾ ਦਿਓ। ਮੈਂ ਇਹ ਗੱਲ ਇਸ ਕਰਕੇ ਕਹਿਣੀ ਚਾਹੁੰਦਾ
ਕਿ ਆਪਾਂ ਨੂੰ ਸਭ ਨੂੰ ਪਤਾ ਕਿ ਆਹ 2 ਮਹੀਨੇ ਪਹਿਲਾਂ ਮੋਦੀ ਦੇ ਆਉਣ ਤੋਂ ਪਹਿਲਾਂ ਦਸੰਬਰ ਦੇ ਵਿੱਚ ਕਿਵੇਂ ਮਾਹੌਲ ਬਣਾ ਦਿੱਤਾ ਸੀਗਾ ਜਦੋਂ ਪੰਜਾਬ ਆਇਆ ਉਹ, ਕਿ ਜੀ ਬਸ ਮੋਦੀ ਆ ਰਿਹਾ ਤੇ ਜੇਲ੍ਹਾਂ ਚ ਨਦਰਬੰਦ ਸਿੰਘਾਂ ਨੂੰ ਜਾਂ ਛੱਡ ਦੇਣਾ, ਆ ਦੇਖੋ ਤਾਂ ਅਸੀਂ ਚੰਡੀਗੜ੍ਹ ਪੰਜਾਬ ਨੂੰ ਦੇ ਦੇਣਾ। ਬਸ ਜੀ ਸਾਰੇ ਸਿੱਖਾਂ ਦੇ ਮਸਲੇ ਹੱਲ ਕਰਕੇ ਫਿਰ ਮੋਦੀ ਨੇ ਮੁੜਨਾ ਇੱਥੋਂ ਤਾਂ। ਹੁਣ ਫਿਰ ਚਰਚਾ ਛਿੜੀ ਹੋਈ ਆ ਵੈਸੇ ਤਾਂ ਵੀ ਮੋਦੀ ਨੇ ਦੁਬਾਰਾ ਆਉਣਾ, ਪਰ ਜਿਵੇਂ ਇਸ ਉਧਾਰ ਨਾਲ ਇਸ ਮਾਹੌਲ ਨਾਲ ਸਿੱਖਾਂ ਦੇ ਮਨਾਂ ਦੇ ਵਿੱਚ, ਔਰ ਇੱਥੇ ਸਾਡੇ ਬੰਦੇ ਇੱਕ ਦੂਜੇ ਤੋਂ ਮੂਹਰੇ ਭੱਜੇ ਫਿਰਨ, ਕਿਉਂਕਿ ਇੱਥੇ ਏਜੰਸੀਆਂ ਨੇ, RSS ਵਾਲਿਆਂ ਨੇ, BJP ਵਾਲਿਆਂ ਨੇ ਮਾਹੌਲ ਬਣਾ ਦਿੱਤਾ ਕਿ ਜੀ ਤੁਸੀਂ ਸਿੱਖ ਥੋੜੀ ਜਿਹੀ ਚਿੱਠੀ ਚੁੱਠੀ ਲਿਖ ਕੇ ਦੇਣ ਵਾਲੇ ਬਣੋ। ਮੋਦੀ ਤਾਂ ਤਿਆਰ ਬੈਠਾ ਬਸ ਬੰਦੇ ਛੱਡਣ ਨੂੰ, ਮੋਦੀ ਤਾਂ ਚੰਡੀਗੜ੍ਹ ਪੰਜਾਬ ਨੂੰ ਦੇਣ ਨੂੰ ਤਿਆਰ ਬੈਠਾ, ਦਰਿਆਈ ਪਾਣੀਆਂ ਦਾ ਮਸਲਾ ਹੱਲ ਕਰਨ ਨੂੰ ਤਿਆਰ ਬੈਠਾ, ਮੋਦੀ ਤਾਂ ਭਾਖੜਾ ਡੈਮ ਤੇ ਜਿਹੜੇ ਹੋਰ ਬਿਜਲਈ ਸੋਮੇ ਆ ਉਹਨਾਂ ਦਾ ਸਭ ਮਸਲੇ ਹੱਲ ਕਰ ਦੇਣੇ ਆ, ਜਿਹਨਾਂ ਕਰਕੇ ਆਪਾਂ ਕਾਂਗਰਸ ਤੋਂ, ਬਸ ਅੱਜ ਤੋਂ ਬਾਅਦ ਦੇਖਿਓ ਕਾਂਗਰਸ ਨੂੰ ਕਿਸੇ ਨੇ ਵੋਟ ਹੀ ਨਹੀਂ ਪਾਉਣੀ। ਇਹੋ ਜਿਹਾ ਮਾਹੌਲ ਬਣਾ ਕੇ, ਇਹੋ ਜਿਹੀ ਸਥਿਤੀ ਸਿਰਜ ਕੇ ਇਹ ਜਿਹੜਾ ਮੋਦੀ ਦਾ ਪ੍ਰੋਗਰਾਮ ਆ ਉਹ ਸਫਲ ਕਰਨਾ ਚਾਹੁੰਦੇ ਸੀ, ਪਰ ਕੁਦਰਤੋਂ ਕਹਾਣੀ ਕੁਛ ਹੋਰ ਹੀ ਬਣ ਗਈ। ਖੈਰ ਉਹ ਆਪਾਂ ਨੂੰ ਸਾਰਾ ਪਤਾ ਮਸਲਾ ਕਿਵੇਂ ਹੋਇਆ, ਹੁਣ ਦੁਬਾਰਾ ਮੋਦੀ ਫੇਰ ਆ ਰਿਹਾ ਹੁਣ ਨਹੀਂ ਕੋਈ ਕਹਿੰਦਾ ਹੈਗਾ, ਕਿਉਂਕਿ ਉਹ ਸਾਰੀ ਸ਼ੋਸ਼ੇਬਾਜ਼ੀ ਤੇ ਬਿਲਕੁਲ ਉਵੇਂ ਦਾ ਹੀ ਹਿਸਾਬ ਕਿਤਾਬ ਕੇਜਰੀਵਾਲ ਦਾ ਲੱਗਦਾ। ਜਿਵੇਂ ਉਹਨੇ ਪਹਿਲਾਂ ਰਿਪੋਰਟਾਂ ਰੱਦ ਕੀਤੀਆਂ ਉਹਦੇ ਬਾਰੇ ਤਾਂ ਬੋਲਦਾ ਨਹੀਂ, ਝੂਠ ਬੋਲੀ ਜਾਂਦਾ ਕਿ ਜੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਇਸ ਮਸਲੇ ਦਾ। ਚਲੋ ਜੇ ਹੁਣ ਵੀ ਉਹ ਚਾਹੇ ਤਾਂ ਸਿੱਧਾ ਕਹਿ ਸਕਦਾ ਕਿ ਗੱਲ ਹੀ ਕੋਈ ਨੀ ਜੀ, ਪਰਸੋਂ ਨੂੰ ਹੋਊਗੀ ਮੀਟਿੰਗ ਸੈਂਟੈਂਸ ਰਿਵਿਊ ਬੋਰਡ ਦੀ, ਮੁੱਖ ਮੰਤਰੀ ਨੂੰ ਸਭ ਅਧਿਕਾਰ ਹੁੰਦੇ, ਮੁੱਖ ਮੰਤਰੀ ਜੇ ਚਾਹੇ ਤਾਂ ਕੀ ਨੀ ਕਰ ਸਕਦਾ, ਤੇ ਉਹ ਤਾਂ ਇਹੋ ਜਿਹੀ ਕੋਈ ਗੱਲ ਹੀ ਨਹੀਂ ਹੈਗੀ ਵੀ ਉੱਥੇ ਮੀਟਿੰਗ ਨਹੀਂ ਹੋ ਸਕਦੀ। ਮੀਟਿੰਗ ਹੋਏ, ਮੀਟਿੰਗ ਤੋਂ ਬਾਅਦ ਚ ਅਗਲੇ ਦਿਨ LG ਨੂੰ ਦੇ ਦਿਓ, ਜਿਹੜਾ ਕੁਛ LG ਕਰੂਗਾ ਫਿਰ LG ਦੇ ਦੁਆਲੇ ਹੋ ਜਾਣਗੇ ਵੀ ਮੋਦੀ ਸਰਕਾਰ ਜਿਹੜੀ ਹੈਗੀ ਆ ਉਹ ਖਰਾਬ ਕਰਦੀ ਆ। ਹੁਣ ਮੋਦੀ ਸਰਕਾਰ ਤਾਂ ਆਪਦੇ ਗਲੋਂ ਗਾਵਾਂ ਲਾਈ ਫਿਰਦੀ ਆ ਨੋਟੀਫਿਕੇਸ਼ਨ ਜਾਰੀ ਕਰਕੇ, ਜੇ ਕੇਜਰੀਵਾਲ ਆਪਦੇ ਸਿੱਧਾ ਕੰਮ ਕਰੇ ਕੇਜਰੀਵਾਲ ਦੀ ਸਰਕਾਰ, ਪਰ ਕੇਜਰੀਵਾਲ ਤੇ ਉਹਦੀ ਸੈਨਾ ਜਿਹੜੀ ਆ ਸੋਸ਼ਲ ਮੀਡੀਆ ਉੱਤੇ ਉਹ ਇਉਂ ਜ਼ਾਹਿਰ ਕਰ ਰਹੀ ਆ ਕਿ ਜੀ ਇਹ ਜਿਹੜੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਗੱਲ ਕਰਦੇ ਆ ਨਾ, ਇਹ ਤਾਂ ਸਾਡੀਆਂ ਵੋਟਾਂ, ਭਾਈ ਤੁਸੀਂ ਵੋਟਾਂ ਸਾਨੂੰ ਪਤਾ, ਚਾਹੇ ਇੱਥੇ ਕਾਂਗਰਸ ਦਾ ਰਾਜ ਆ ਜੇ, ਚਾਹੇ ਆਮ ਆਦਮੀ ਪਾਰਟੀ ਦਾ ਆ ਜੇ, ਚਾਹੇ ਕਿਸੇ ਹੋਰ ਦਾ ਆ ਜੇ, ਅਸੀਂ ਤਾਂ ਬਾਦਲ ਦੇ ਰਾਜ ਵਿੱਚ ਬੰਦੇ ਆਪਦੇ ਮਰਵਾਏ ਆ। ਜਦੋਂ ਕੁਝ ਪੰਥ ਦੀ ਪੰਜਾਬ ਦੀ ਗੱਲ ਕਰਨ ਵਾਲਿਆਂ ਨਾਲ ਇੱਥੇ ਵਾਪਰਦਾ ਉਹ ਹਰੇਕ ਦੇ ਰਾਜ ਵਿੱਚ ਹੀ ਵਾਪਰਨਾ, ਉਹਦੇ ਬਾਰੇ ਸਾਨੂੰ ਕੋਈ ਵਹਿਮ ਨਹੀਂ ਹੈ। ਤੇ ਜਿਹੋ ਜਿਹਾ ਮਾਹੌਲ ਅੱਜ ਤੁਸੀਂ ਸਾਡੇ ਯੋਧਿਆਂ ਬਾਰੇ, ਜਿਹੋ ਜਿਹਾ ਜੁਝਾਰੂਆਂ ਬਾਰੇ ਜਿਹੋ ਜਿਹੀ ਬੋਲੀ ਵਰਤਦੇ ਹੋ ਉਹ ਸਾਡੇ ਲਈ ਜਰਨੀ ਬਰਦਾਸ਼ਤ ਕਰਨੀ ਬੜੀ ਔਖੀ ਆ। ਇਸ ਕਰਕੇ ਇਹ ਸਾਰੇ ਮਾਹੌਲ ਦੇ ਵਿੱਚ ਸਿੱਖ ਜਜ਼ਬਾਤ ਜਿਹੜੇ ਆ ਉਹ ਬਹੁਤ ਕਸੂਤੇ ਫਸੇ ਹੋਏ। ਤੋ ਜਿੱਦਣ 26-27 ਤਰੀਕ ਨੂੰ ਰਜਵਾੜੇ ਇੱਕ ਘਰਾਓ ਰੱਖਿਆ ਸੀਗਾ ਬਈ ਜਿਹੜਾ ਉੱਥੇ BJP ਨੂੰ ਤੇ ਸਾਰੇ ਮੁਲਕ ਨੂੰ ਇਸ ਗੱਲ ਲਈ ਦੱਸਿਆ ਜਾਵੇ ਕਿ ਜਿਹੜੇ ਭਾਈ ਸਾਡੇ ਸਿੱਖ ਨਜ਼ਰਬੰਦ ਨੇ ਉਹਨਾਂ ਦੀ ਰਿਹਾਈ ਕਰੋ, ਖਾਸ ਤੌਰ ਤੇ 550 ਸਾਲਾਂ ਮੌਕਾ ਜਿਨ੍ਹਾਂ ਦਾ ਐਲਾਨ ਕੀਤਾ ਹੈ ਤੁਸੀਂ ਉਹਦਾ ਕਰੋ। ਪਰ ਉੱਥੇ ਸੋਮ ਪ੍ਰਕਾਸ਼ ਨੇ ਜਿਹੜਾ BJP ਦਾ ਉੱਥੋਂ ਦਾ ਲੀਡਰ ਸੀਗਾ ਉਹਨੇ ਕੋਈ ਬੰਦਿਆਂ ਵਾਲੀ ਗੱਲ ਨਹੀਂ ਕੀਤੀ, ਪ੍ਰਸ਼ਾਸਨ ਦਾ ਵੀ ਰਵੱਈਆ ਠੀਕ ਨਹੀਂ ਸੀ, ਤੋ ਕੁੱਲ ਮਿਲਾ ਕੇ ਉੱਥੇ ਫਿਰ ਜਿਹੜਾ ਜਾਮ ਵੀ ਲੱਗਿਆ 2 ਘੰਟੇ ਦਾ, ਤੇ ਮੌਕੇ ਤੇ ਫਿਰ ਕੋਈ ਵੱਡਾ ਪ੍ਰੋਗਰਾਮ ਕਿਉਂਕਿ ਕਰਨ ਕਰਾਉਣ ਲਈ ਤਿਆਰੀ ਉਵੇਂ ਤਾਂ ਹੈ ਨਹੀਂ ਸੀ, ਪਰ ਮਾਹੌਲ ਬਣ ਗਿਆ। ਸੋ ਉਸ ਮੌਕੇ ਐਲਾਨ ਕੀਤਾ ਗਿਆ ਸੀਗਾ ਕਿ ਇੱਕ ਮੀਟਿੰਗ ਕਾਲ ਕਰਕੇ ਅਗਲਾ ਪ੍ਰੋਗਰਾਮ ਜਿਹੜਾ ਹੈ ਉਹ ਫਿਰ ਅਲੀਕਿਆ ਜਾਊਗਾ। ਸੋ ਜਿਹੜਾ ਪ੍ਰੋਗਰਾਮ ਅਲੀਕਿਆ ਗਿਆ ਆ ਉਹ ਇਹ ਆ ਕਿ ਹੁਣ 4 ਤਰੀਕ ਨੂੰ, 4 ਫਰਵਰੀ ਨੂੰ, ਅੱਜ ਇੱਥੇ 2 ਤਰੀਕ ਹੈ, ਕੱਲ ਦਾ ਦਿਨ ਵਿਚਾਲੇ ਆ, ਉਹ ਇੱਥੇ ਹੁਣ ਜਿਹੜਾ ਜੇਲ੍ਹਾਂ ਚ ਨਜ਼ਰਬੰਦ ਸਿੰਘ ਨੇ ਉਹਨਾਂ ਦੀ ਰਿਹਾਈ ਲਈ ਇੱਕ ਵੱਡਾ ਜਿਹੜਾ ਪ੍ਰੋਗਰਾਮ ਆ ਉਹ ਅਲੀਕਣ ਦੇ ਲਈ ਤਿਆਰੀਆਂ ਚੱਲ ਰਹੀਆਂ ਨੇ, ਜਿਹਦੇ ਵਿੱਚ ਜਲੰਧਰ ਦੇ ਗੁਰਦੁਆਰਾ ਜਿਹੜਾ 9ਵੀਂ ਪਾਤਸ਼ਾਹੀ ਵਾਲਾ ਗੁਰੂ ਤੇਗ ਬਹਾਦਰ ਨਗਰ ਵਾਲਾ ਉੱਥੇ ਵੱਡੀ ਇਕੱਤਰਤਾ ਜਿਹੜੀ ਆ ਸੱਦੀ ਆ। ਵਧੀਆ ਗੱਲ ਇਹ ਆ ਕਿ ਕਿਸਾਨ ਸੰਘਰਸ਼ ਦੌਰਾਨ ਜਿਹੜੀਆਂ ਜਥੇਬੰਦੀਆਂ ਸਿੱਖੀ ਦਾ ਦਰਦ ਰੱਖਦੀਆਂ ਨੇ, ਜਿਹੜੇ ਇੱਕ ਤਾਂ ਸੀ ਕਾਮਰੇਡੀ ਪੱਖ ਵਾਲੀਆਂ ਜਾਂ ਐਂਟੀ ਸਿੱਖ ਸੋਚ ਵਾਲੀਆਂ ਜਥੇਬੰਦੀਆਂ,
किसान संघर्ष दौरान जिन्हां ने कोई कसर नहीं छड्डी साडे जज्बातां नूं उहनां दिनां दे विच ठेस पहुंचाउण वाली और बहुत सारिया इहो जिहियां शख्सियतां जां जथेबंदियां भी सी जिन्हां ने पंथ दा पक्ष रखिया। सो जिहड़ियां किसान संघर्ष नाल संबंधित जथेबंदियां रहियां ने किसान जथेबंदियां उहनां ने ते पंथक जथेबंदियां ने नौजवान जथेबंदियां ने दल खालसा ने जलंधर दे विच 4 फरवरी नूं शुक्रवार नूं एक बहुत वड्डा इकट्ठ रखिया जिहदे विच भाई जगतार सिंह तारा भाई बलवंत सिंह राजवाणा भाई जगतार सिंह हवारा प्रोफेसर दविंदर पाल सिंह भुल्लर भाई शमशेर सिंह कंवरपुर भाई परमजीत सिंह भ्यौरा भाई लखविंदर सिंह नारंगवाल भाई गुरमीत सिंह ते भाई गुरदीप सिंह खैड़ा जल्लूपुर खेड़े वाला ते इन्हां सारिया सिंघां समेत होर जिहड़े जिहड़े जिन्हां दी रिहाइयां दा मसला है उन्हां लई उत्थे आवाज बुलंद कीती जाणी ते लोड़ की आ अपने बंदियां नूं इन्हां दिनां च बुखार चढ़िया होया कि फलाना हराउणा ते फलाना जिताउणा पर मैं ये समझदा कि आ जिहड़ा मसला लैके नौजवान साडे तुरे आ साडियां जथेबंदियां तुरियां ने ये सब तो अहम सरकार जिहदी मर्जी बण जाए अपना ਉਹਦੇ ਨਾਲ ਛੱਤੀ ਦਾ ਅੰਕੜਾ ਰਹਿਣਾ ਉਹਨੇ ਪੰਥ ਦੀ ਪੰਜਾਬ ਦੀ ਗੱਲ ਕਰਨ ਵਾਲਿਆਂ ਨਾਲ ਟਕਰਾਅ ਰੱਖਣਾ ਤੇ ਉਹ ਟਕਰਾਅ ਆਪਾਂ ਰਹਿਣਾ ਹੀ ਰਹਿਣਾ ਚਾਹੇ ਉਹ ਆਮ ਆਦਮੀ ਪਾਰਟੀ ਦੀ ਬਣ ਜਾਏ ਚਾਹੇ ਬਾਦਲ ਦੀ ਬਣ ਜਾਏ ਚਾਹੇ ਕਾਂਗਰਸ ਦੀ ਬਣ ਕੋਈ ਜਿੱਤ ਜੇ ਕੋਈ ਹਾਰ ਜੇ ਕੋਈ ਫਰਕ ਨਹੀਂ ਪੈਂਦਾ ਹੈਗਾ ਐ ਵੀ ਆਪਦੇ ਆਪ ਨੂੰ ਬਾਹਲਾ ਇਹਦੇ ਵਿੱਚ ਉਲਝਾਉਣ ਦੀ ਲੋੜ ਨਹੀਂ ਪਰ ਜਿਹੜਾ ਹੈਗਾ ਇਸ ਮਾਹੌਲ ਦੇ ਵਿੱਚ ਜਦੋਂ ਇਹਨਾਂ ਸਿਆਸੀ ਧਿਰਾਂ ਨੂੰ ਇਹ ਲੱਗਣ ਲੱਗ ਜਾਵੇ ਤੇ ਯਾਰ ਕੁਛ ਕਰਨਾ ਪੈਣਾ ਜਿਵੇਂ ਜਦੋਂ ਭਾਈ ਬਲਵੰਤ ਸਿੰਘ ਰਾਜਵਾਣੇ ਦੀ ਫਾਂਸੀ ਸੀ ਤਾਂ ਕੋਈ ਰਾਹ ਨਹੀਂ ਸੀ ਦਿੰਦਾ ਬਾਦਲ ਨਾ ਬਿਲਕੁਲ ਹੀ ਨਹੀਂ ਕਹਿੰਦੇ ਸਾਡੇ ਦਾ ਅਧਿਕਾਰ ਸਾਡੇ ਬਸ ਚ ਗੱਲ ਹੀ ਨਹੀਂ ਫਿਰ ਅਖੀਰ ਤੇ ਜਦੋਂ ਬਿਲਕੁਲ ਸਿਰ ਤੇ ਗੱਲ ਆ ਗਈ ਸੀ ਚੇਤੇ ਕਰੋ ਕਿਵੇਂ ਦਿੱਲੀ ਨੂੰ ਭੱਜੇ ਗਏ ਸੀ ਕਿਵੇਂ ਪ੍ਰਧਾਨ ਮੰਤਰੀ ਨੂੰ ਮਿਲੇ ਕਿਵੇਂ ਰਾਸ਼ਟਰਪਤੀ ਨੂੰ ਮਿਲੇ ਤੇ ਉਹ ਫਾਂਸੀ ਦੇ ਉੱਤੇ ਰੋਕ ਲੱਗ ਗਈ ਲੱਗੀ ਸੀ ਨਾ ਰੋਕ ਇਵੇਂ ਹੀ ਪ੍ਰੋਫੈਸਰ ਭੁੱਲਰ ਵਾਰੀ ਵੀ ਇਹ ਬਾਦਲ ਦਲ ਦੀ ਲੀਡਰਸ਼ਿਪ ਆ ਜਿਹੜੀ ਜਦੋਂ ਇਹਨਾਂ ਨੂੰ ਲੱਗਿਆ ਕਿ ਸਾਡੇ ਉੱਤੇ ਸਾਰੀ ਕੌਮ ਖਿਲਾਫ ਹੋ ਜੂ ਉਦੋਂ ਇਹ ਭੱਜੇ ਸੀ ਤੇ ਜਦੋਂ ਭਾਈ ਗੁਰਬਖਸ਼ ਸਿੰਘ ਖਾਲਸਾ ਭੁੱਖ ਹੜਤਾਲ ਤੇ ਬੈਠੇ ਆ ਉਦੋਂ ਵੀ ਇਹ ਬਾਦਲ ਦਲ ਵਾਲੇ ਜਿਹੜੇ ਆ ਇਹ ਤਿੰਨ ਸਿੰਘਾਂ ਦੀਆਂ ਪੈਰੋਲਾਂ ਕਰਾਉਣ ਵਿੱਚ ਤੇ ਹੋਰ ਸਾਰੇ ਮਸਲੇ ਨੂੰ ਕਿਸੇ ਕੰਢੇ ਬੰਨੇ ਲਾਉਣ ਵਿੱਚ ਪੂਰਾ ਲੱਗੇ ਰਹੇ ਲੱਗੇ ਉਦੋਂ ਆ ਜਦੋਂ ਇਹਨਾਂ ਦੀ ਵੋਟ ਬੈਂਕ ਨੂੰ ਖਤਰਾ ਹੋ ਜਾਂਦਾ ਹੁਣ ਵੀ ਜਦੋਂ ਇਹਨਾਂ ਨੂੰ ਲੱਗਿਆ ਬਈ ਬਰਗਾੜੀ ਜਿਹੜਾ ਮਾਮਲਾ ਤੇ ਬਹਿਬਲ ਕਲਾਂ ਵਾਲਾ ਮਾਮਲਾ ਉਹਦੇ ਨਾਲ ਸਾਡੀ ਵੋਟ ਬੈਂਕ ਨੂੰ ਭਾਰੀ ਖਤਰਾ ਹੋ ਗਿਆ ਹੋ ਚੁੱਕਿਆ ਹੁਣ ਡੇਰਾ ਸਰਸਾ ਬਾਰੇ ਮਾੜਾ ਮੋਟਾ ਘਟਿਆ ਹਜੇ ਪੂਰੀ ਤਰ੍ਹਾਂ ਫੇਰ ਨਹੀਂ ਹਟੇ ਇੱਕ ਦੋ ਉਹਨਾਂ ਦੇ ਬੰਦਿਆਂ ਨੂੰ ਵੋਟਾਂ ਵੀ ਇਲੈਕਸ਼ਨਾਂ ਵੀ ਚੋਣਾਂ ਵੀ ਵਿੱਚ ਉਹਨੂੰ ਟਿਕਟ ਵੀ ਦਿੱਤੀ ਹੈ ਇਹਨਾਂ ਨੇ ਪਰ ਜਿਵੇਂ ਪਹਿਲਾਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੁੰਦੇ ਸੀ ਉਵੇਂ ਹੁਣ ਖੜਨੋਂ ਹਟ ਗਏ ਜਦੋਂ ਵੋਟ ਟੁੱਟਦੀ ਹੈ ਇਹਨਾਂ ਦੀ ਇਹ ਉਦੋਂ ਬੰਦੇ ਦੇ ਪੁੱਤ ਬਣਦੇ ਆ ਸੋ ਜਿਹੜਾ ਇਸ ਮੌਕੇ ਬਾਦਲ ਦਲ ਵਾਲੇ ਆ ਬਿਸ਼ੱਕ ਦੀ ਵੱਡੇ ਬਾਦਲ ਨੇ ਛੋਟੇ ਬਾਦਲ ਨੇ ਐਚ ਐਸ ਬੈਂਸ ਨੇ ਆਪਦੇ ਵੱਲੋਂ ਸਟੇਟਮੈਂਟਾਂ ਵੀ ਦਿੱਤੀਆਂ ਨੇ ਤੇ ਬਾਦਲ ਦਲ ਨੇ ਪ੍ਰੋਫੈਸਰ ਭੁੱਲਰ ਦੇ ਹੱਕ ਦੇ ਵਿੱਚ ਗੱਲਾਂ ਕੀਤੀਆਂ ਨੇ ਪਰ ਹੋਰ ਜ਼ਿਆਦਾ ਲੋੜ ਹੈ ਇਵੇਂ ਕਾਂਗਰਸ ਦੇ ਲੀਡਰ ਬੋਲਣ ਇਵੇਂ ਹੀ ਆਮ ਆਦਮੀ ਪਾਰਟੀ ਵਾਲੇ ਬੋਲਣ ਤੇ ਜੇ ਸਾਰੇ ਸਿਆਸੀ ਦਲਾਂ ਨੂੰ ਇਸ ਗੱਲ ਲਈ ਮਜਬੂਰ ਕਰਨਾ ਹੈ ਕਿ ਉਹ ਜ਼ਿਲ੍ਹਾ ਜਲੰਧਰਬੰਦ ਸਿੰਘਾਂ ਦੀ ਰਿਹਾਈ ਲਈ ਤੇ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਕੁਛ ਕਰਨ ਕਰਾਉਣ ਤਾਂ ਉਹਨਾਂ ਨੂੰ ਇਹ ਲੱਗਣ ਲਾਉਣਾ ਪੈਣਾ ਆਪਾਂ ਨੂੰ ਕਿ ਭਾਈ ਨਹੀਂ ਤੇ ਤੁਹਾਡੀ ਵੋਟ ਟੁੱਟੂ ਜਿਹੜੀ ਗੱਲ ਕੇਜਰੀਵਾਲ ਦੀ ਸੈਨਾ ਕਹਿੰਦੀ ਹੈ ਨਾ ਕਿ ਸਾਡੀ ਵੋਟ ਖਰਾਬ ਕਰਦੇ ਹੋ ਭਾਈ ਹਾਂ ਜੇਕਰ ਤੁਸੀਂ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਤੇ ਜਿਹੜਾ ਜਲੰਧਰਬੰਦ ਸਿੰਘਾਂ ਦੇ ਮਾਮਲੇ ਉੱਤੇ ਸਾਨੂੰ ਜਲੀਲ ਕਰਕੇ ਚੁੱਪ ਕਰਾਉਣ ਤੇ ਆਓਗੇ ਨਾ ਲੈ ਫਿਰ ਅਸੀਂ ਭਾਈ ਤੁਹਾਡੀ ਵੋਟ ਖਰਾਬ ਕਰਾਂਗੇ ਬਾਦਲ ਦਲ ਵਾਲਿਓ ਜੇਕਰ ਵੋਟ ਦਾ ਮਸਲਾ ਹੈ ਤਾਂ ਫਿਰ ਭਾਈ ਜੇਕਰ ਤੁਹਾਡੇ ਪੈਰਾਂ ਹੇਠ ਰੰਗ ਨਾ ਮਚਾਈ ਤਾਂ ਫਿਰ ਗੱਲ ਦਾ ਫਾਇਦਾ ਨਹੀਂ ਕੋਈ ਇਵੇਂ ਹੀ ਕਾਂਗਰਸ ਵਾਲਿਓ ਇਵੇਂ ਹਰੇਕ ਪਾਰਟੀ ਨੂੰ ਇਹ ਲੱਗਣਾ ਚਾਹੀਦਾ ਪਰ ਜਿਹੜਾ ਸਾਡੇ ਜਿਹੜਾ ਜਲੰਧਰਬੰਦ ਸਿੰਘਾਂ ਦਾ ਮਾਮਲਾ ਹੈ ਜੇ ਅਸੀਂ ਇਸ ਇਲੈਕਸ਼ਨ ਅਖੇ ਵੀ ਅੱਗੇ ਪਿੱਛੋਂ ਕਰਨਾ ਚਾਹੀਦਾ ਭਾਈ ਜਦੋਂ ਲੋਕ ਪਿੰਡਾਂ ਦੇ ਵਿੱਚ ਵੋਟਾਂ ਵਾਲੇ
ਆਉਂਦੇ ਆ ਉਹਨਾਂ ਨੂੰ ਘੇਰ ਕੇ ਕਹਿੰਦੇ ਆ ਕਿ ਆਹ ਸਾਡਾ ਕੰਮ ਕਿਉਂ ਨਹੀਂ ਕੀਤਾ, ਤੁਸੀਂ ਆਹ ਕਿਉਂ ਨਹੀਂ ਹੋਇਆ। ਲੋਕਾਂ ਦੇ ਕੋਲੇ ਪਤਾ ਹੁੰਦਾ ਉਹਨਾਂ ਨੂੰ ਵੀ ਹੋਣੀ ਤਾਂ ਮਸਲਾ ਨਹੀਂ, ਇਹਨਾਂ ਨੇ ਮੁੜ ਕੇ ਕਦੇ ਆਉਣਾ। ਤੇ ਸਾਡੇ ਕੋਲੇ ਵੀ ਆਪਦੀ ਕੌਮ ਦਾ ਆਪਦਾ ਪੱਖ, ਸਾਡਾ ਤਾਂ ਮਾਮਲਾ ਹੀ ਇਹ ਹੈ ਜਿਹੜਾ ਤੇ ਨਜ਼ਰਬੰਦ ਸਿੰਘਾਂ ਦੀ ਰਿਹਾਈ, ਉਹ ਅਸੀਂ ਇੱਥੇ ਕਿਹੜਾ ਭੁੱਖੀ ਵੇਚਦੇ ਹਾਂ ਜਾਂ ਅਸੀਂ ਇੱਥੇ ਕਿਹੜਾ ਬੰਦੇ ਮਾਰਦੇ ਫਿਰਦੇ ਹਾਂ ਵੀ ਸਾਡੇ ਉੱਤੇ ਜੀ ਕੋਈ ਇਹੋ ਜਿਹੀ ਗੱਲ ਆ। ਜਿਹੜੇ ਕੇਸ ਤੁਸੀਂ ਬਣਾਉਣੇ ਆ ਉਹ ਤਾਂ ਬਣਾਉਣੇ ਹੀ ਆ, ਉਹਦਾ ਝੂਠਿਆਂ ਤੇ ਵੀ ਬਣਾ ਦਿੰਦੇ ਹੋ, ਚੱਕ ਕੇ ਬੰਦਿਆਂ ਨੂੰ ਵੀ ਆਹ ਫੜ ਲਿਆ ਜੀ ਉਹ ਕਰ ਲਿਆ। ਸਾਡਾ ਜਿਹੜਾ ਮਸਲਾ ਹੈਗਾ ਉਹ ਜੇਲ੍ਹਾਂ ਚ ਨਜ਼ਰਬੰਦ ਸਿੰਘਾਂ ਦੀ ਰਿਹਾਈ। ਸਾਨੂੰ ਇਸ ਗੱਲ ਦਾ ਕੀ ਫਰਕ ਪੈਂਦਾ ਵੀ ਤੁਸੀਂ ਕਿਹੜੀ ਸੜਕ ਪੱਟਦੇ ਹੋ ਤੇ ਕਿਹੜਾ ਪੁਲ ਬਣਾਉਂਦੇ ਹੋ, ਕਿਹੜਾ ਤੁਸੀਂ ਰੇਤਾ ਕਰਦੇ ਹੋ, ਕਿਹੜਾ ਤੁਸੀਂ ਨਹੀਂ ਕਰਦੇ। ਉਹ ਮਸਲੇ ਹੋ ਜਾਣਗੇ, ਉਹ ਸਾਰੀ ਦੁਨੀਆਂ ਦੇ ਲਈ ਹੋਣੇ ਆ, ਉਹ ਸਾਡੇ ਇਕੱਲਿਆਂ ਲਈ ਨਹੀਂ ਹੋਣੇ। ਪਰ ਸਾਡੀ ਕੌਮ ਦਾ ਪੱਖ ਆ ਜਿਹੜਾ ਸਿੱਖ ਜਗਤ ਦਾ ਪੱਖ ਆ ਉਹ ਇਹ ਆ ਕਿ ਜੇਲ੍ਹਾਂ ਚ ਨਜ਼ਰਬੰਦ ਸਿੰਘਾਂ ਦੀ ਰਿਹਾਈ ਦੇ ਲਈ ਸਾਨੂੰ ਸਾਰਿਆਂ ਨੂੰ ਆਹ ਜਿਵੇਂ ਪ੍ਰੋਗਰਾਮ ਰੱਖਿਆ ਜਲੰਧਰ ਦੇ ਵਿੱਚ, ਇੱਦਾਂ ਦੇ ਪ੍ਰੋਗਰਾਮ ਰੱਖਣੇ ਪੈਣਗੇ। ਇੱਦਾਂ ਦੇ ਜਿਹੜੇ ਆ ਮਸਲੇ ਉਹ ਹੋਰ ਜ਼ਿਆਦਾ ਉਭਾਰਨੇ ਪੈਣਗੇ। ਤੇ ਆਹ ਜਿਹੜੇ ਸਾਨੂੰ ਕਿਸੇ ਤਰੀਕੇ ਨਾਲ ਖਾਮੋਸ਼ ਕਰਾਉਣ ਲਈ ਕੇਜਰੀਵਾਲ ਵਾਲੇ ਲੱਗੇ ਹੋਏ ਨੇ, ਇਹਨਾਂ ਨੂੰ ਦੱਸਣਾ ਪਊਗਾ ਕਿ ਜਦੇ ਬਾਣ ਲੱਗਿਓ ਤਵੇ ਰੋਸ ਜਾਗਿਓ। ਜਿਹੜਾ ਤੁਸੀਂ ਇਹ ਸੋਚੀ ਬੈਠੇ ਹੋ ਨਾ ਵੀ ਗਾਲਾਂ ਗੋਲਾਂ ਜਿਹੀਆਂ ਕੱਢ ਕੇ ਫੇਕ ਆਈਡੀਆਂ ਤੋਂ ਮਾੜਾ ਚੰਗਾ ਬੋਲ ਕੇ ਸਿੱਖਾਂ ਨੂੰ ਚੁੱਪ ਕਰਾ ਲਓਗੇ, ਹੁਣ ਤੁਹਾਨੂੰ ਪੱਥ ਦੱਸੂਗਾ। ਧੰਨਵਾਦ ਆ ਉਹਨਾਂ ਸਾਰਿਆਂ ਸਿੱਖ ਨੌਜਵਾਨਾਂ ਦਾ, ਉਹਨਾਂ ਸਾਰਿਆਂ ਵੀਰਾਂ ਭੈਣਾਂ ਦਾ ਜਿਨ੍ਹਾਂ ਵਿੱਚੋਂ ਬਹੁਤ ਜ਼ਿਆਦਾ ਇਹੋ ਜਿਹੇ ਆ। ਜਦੋਂ ਇੱਥੇ ਭਾਜੀ ਭੁੱਲਰ ਸਾਹਿਬ ਦਾ ਘਰ ਇੱਥੇ ਨੇੜੇ ਆ, ਜਦੋਂ ਆਉਂਦੇ ਆ ਪੈਰੋਲ ਤੇ, ਉਦੋਂ ਗੱਲਾਂ ਕਰਦੇ ਹੁੰਦੇ ਆ ਵੀ ਮੈਂ ਦੇਣ ਨਹੀਂ ਦੇ ਸਕਦਾ ਉਹਨਾਂ ਸਾਰਿਆਂ ਦਾ ਜਿਨ੍ਹਾਂ ਨੂੰ ਮੈਂ ਕਦੇ ਸ਼ਾਇਦ ਜ਼ਿੰਦਗੀ ਚ ਬਹੁਤਿਆਂ ਨੂੰ ਮਿਲਾ ਵਰਾਂ, ਜਿਨ੍ਹਾਂ ਨੇ ਮੇਰੇ ਲਈ ਹਾਂ ਦਾ ਨਾਰਾ ਮਾਰਿਆ। ਔਰ ਇਹੀ ਗੱਲ ਭਾਈ ਗੁਰਮੀਤ ਸਿੰਘ ਇੰਜੀਨੀਅਰ, ਭਾਈ ਲਖਵਿੰਦਰ ਸਿੰਘ ਨਾਰੰਗਾਲ ਤੇ ਭਾਈ ਸ਼ਮਸ਼ੀਰ ਸਿੰਘ ਕਮਰਪੁਰ ਹੁਣੀ ਕਹਿੰਦੇ ਹੁੰਦੇ। ਬਾਕੀ ਜਿਹੜੇ ਸਿੰਘ ਨੇ ਜਿਨ੍ਹਾਂ ਦੀ ਰਿਹਾਈ ਦਾ ਮਸਲਾ ਹੈ, ਉਹਨਾਂ ਸਾਰਿਆਂ ਨੂੰ ਵੀ ਬਹੁਤ ਮਾਣ ਆਪਦੀ ਕੌਮ ਦੇ। ਤੇ ਆਪਾਂ ਸਾਰੇ ਜਾਣਦੇ ਹਾਂ ਕਿ ਇਹ ਉਹ ਸੂਰਮੇ ਨੇ ਜਿਨ੍ਹਾਂ ਨੇ ਪੰਥ ਲਈ, ਪੰਜਾਬ ਲਈ, ਸਿੱਖ ਹੱਕਾਂ ਲਈ ਸਿਰ ਤਲੀ ਤੇ ਧਰ ਕੇ ਕੁਛ ਕੀਤਾ, ਜੰਗ ਲੜੀ। ਸਾਡਾ ਅੱਜ ਹੱਕ ਬਣਦਾ, ਸਾਡਾ ਇਹ ਫਰਜ਼ ਬਣਦਾ ਕਿ ਅਸੀਂ ਇਹਨਾਂ ਦੀ ਰਿਹਾਈ ਦੇ ਲਈ ਆਪਦੀ ਆਵਾਜ਼ ਬੁਲੰਦ ਕਰੀਏ। ਆ ਜਿਹੜੇ ਲੋਕਾਂ ਨੂੰ ਲੱਗਦਾ ਕਿ ਸਾਡੀਆਂ ਵੋਟਾਂ ਖਰਾਬ ਹੋ ਜਾਣਗੀਆਂ, ਉਹ ਭਾਈ ਜੇ ਵੋਟਾਂ ਬਚਾਉਣੀਆਂ ਨੇ ਤਾਂ ਕੇਜਰੀਵਾਲ ਨੂੰ ਕਹੋ ਵੀ ਮਿੰਟ ਬਾਅਦ ਤੇਰੀ ਛੇਤੀ ਤੋਂ ਛੇਤੀ ਵੋਟਾਂ ਤੋਂ ਪਹਿਲਾਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਦਾ ਕਾਰਜ ਕਰ ਦੇ। ਜੇਕਰ ਇਹ ਇੱਕ ਮਤਾ ਪਾ ਕੇ ਭੇਜ ਦੇਵੇ ਕੇਜਰੀਵਾਲ ਵੀ ਦੇਖੋ ਜੀ ਆਹ ਲਓ ਐਲ ਜੀ ਸਾਹਿਬ ਸਾਡੀ ਸਰਕਾਰ ਰਿਕਮੈਂਡ ਕਰਦੀ ਆ ਕਿ ਛੇਤੀ ਤੋਂ ਛੇਤੀ ਇਹਨੂੰ ਰਿਹਾ ਕਰ ਦਿਓ, ਤਾਂ ਇੱਥੇ ਤੁਹਾਡਾ ਵਿਰੋਧ ਫਿਰ ਕਿਉਂ ਕਰੀਏ? ਤੁਸੀਂ ਪੁੱਠੀਆਂ ਰਿਪੋਰਟਾਂ ਵੀ ਦੇਵੋ, ਝੂਠ ਵੀ ਬੋਲੋ, ਸਿੱਖਾਂ ਨੂੰ ਗਲਤ ਵੀ ਠਹਿਰਾਓ ਤੇ ਪ੍ਰੋਫੈਸਰ ਭੁੱਲਰ ਦੀ ਰਿਹਾਈ ਦੇ ਰਾਹ 'ਚ ਰੋੜੇ ਵੀ ਅਟਕਾਓ ਤੇ ਵੋਟਾਂ ਵੀ ਭਰੋ। ਏਦਾਂ ਨਹੀਂ ਚੱਲਦਾ ਹੁੰਦਾ। ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ, ਕੋਈ ਵੀ ਗੱਲ ਲੁਕੀ ਛਿਪੀ ਨਹੀਂ ਰਹਿੰਦੀ, ਮਸਲੇ ਜਿਹੜੇ ਨੇ ਉਹ ਹੱਲ ਕੀਤਿਆਂ ਹੀ ਹੁੰਦੇ ਨੇ। ਜੇ ਕੇਜਰੀਵਾਲ ਚਾਹਵੇ ਤਾਂ ਜਿਹੜਾ ਉਹਦਾ ਬੋਰਡ ਆ ਉਹਦੇ ਬਾਰੇ ਤਾਂ ਹੁਣ ਸਾਰੇ ਮੀਡੀਆ 'ਚ ਖਬਰਾਂ ਲੱਗ ਗਈਆਂ ਕਿ ਉਹ ਜਿਹੜੀ ਗੱਲ ਉਹਨੇ ਕਹੀ ਆ ਕਿ ਮੇਰੇ ਅਧਿਕਾਰ 'ਚ ਬਹੁਤਾ ਕੁਛ ਨਹੀਂ, ਬਹੁਤਾ ਕੁਛ ਨਹੀਂ ਹੈਗਾ, ਜਿੰਨਾ ਹੈਗਾ ਉਹਦਾ ਘਰ ਉਹਦਾ ਕਰਕੇ ਨਿਬੇੜਨਾ ਗੱਲ। ਸੋ ਕੇਜਰੀਵਾਲ ਜਿਹੜਾ ਹੈ ਉਹਦੇ ਤੇ ਬਾਕੀ ਸਾਰਿਆਂ ਦੇ, ਸਾਡੇ ਲਈ ਕੋਈ ਚੰਗਾ ਮਾੜਾ ਨਹੀਂ, ਸਾਡੇ ਲਈ ਸਭ ਇੱਕ ਬਰਾਬਰ ਆ ਜਿਹੜੇ ਭਾਰਤੀ ਹਕੂਮਤੀ ਸਿਸਟਮ ਦਾ ਹਿੱਸਾ ਨੇ। ਤੇ ਇਸ ਸੰਘਰਸ਼ ਨੂੰ ਹੋਰ ਬਲ ਦੇਣ ਲਈ ਜਿਹੜਾ 4 ਤਰੀਕ ਦਾ ਪ੍ਰੋਗਰਾਮ ਜਲੰਧਰ ਰੱਖਿਆ, ਉਹਦੇ ਵਾਸਤੇ ਵੀ ਸਾਰਿਆਂ ਨੂੰ ਅਪੀਲ ਕਰਦੇ ਹਾਂ ਜਿੱਥੇ ਵੀ ਭੈਣ ਭਰਾ ਬੈਠੇ ਆ ਕਿ ਉਹਦੇ ਹੱਕ ਵਿੱਚ, ਉਹਦੀ ਹਮਾਇਤ ਵਿੱਚ ਲਿਖੋ, ਬੋਲੋ, ਜਿਹੜੇ ਪਹੁੰਚ ਸਕਦੇ ਆ ਮੌਕੇ ਤੇ ਪਹੁੰਚੋ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ, ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।